ਹੈਲੋ एवरीवन वेरी गुड मॉर्निंग टू ऑल एम आई ऑडिबल आवाज ਆ ਰਹੀ ਸਾਰੇ ਨੂੰ ओके गुड मॉर्निंग जी गुड मॉर्निंग हां जी ਦੱਸੋ ਪੇਪਰ ਕਿਵੇਂ ਹੋਇਆ ਰਜਿੰਦਰ ਸਾਰੇ ਪੁੱਛਦੇ ਨੇ ਤੁਹਾਡੇ ਤੋਂ ਮੈਂ ਵਦਿਆ ਜੀ ਮੈਂ ਵਦਿਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਨਮਸਤੇ ਆਦਾਬ ਸਾਰੇ ਨੂੰ ਕਾਮ ਅੱਛਾ ਜੀ ਸ਼ਿਵਮ ਕੈਮਾ ਪੂਰਾ ਅੱਛਾ ਜੀ ਮੈਂ ਮੇਰਾ ਵੀ ਬਹੁਤ ਅੱਛਾ ਓਕੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਰਜਿੰਦਰ ਕਿੰਨੇ ਵੇ ਪਹੁੰਚਿਆ ਕੱਲ ਕਰੇ ਚਲੋ ਜੀ ਫਿਰ ਅੱਜ ਦੀ ਕਲਾਸ ਦੀ ਸਟੱਡੀ ਕਰੀਏ 10 ਪੀਐਮ ਬੱਲੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂਜੀ ਅਗਰ ਅੱਜ ਦੀ ਗੱਲ ਕਰੀ ਅੱਜ ਦੀ ਤਰੀਕ ਕਿੰਨੀ ਦਾ ਤਰੀਕ ਤੇ ਆਪਾਂ ਨੂੰ ਕੀ ਬੋਲ ਜੂਗਾ 18 ਅਕਤੂਬਰ ਹੈ ਦਿਨ ਕੀ ਹੈ ਮੰਗਲਵਾਰ ਜਾਂ ਟਿਊਜ਼ਡੇ ਠੀਕ ਹੈ ਤੇ ਅੱਜ ਦੇ ਆਪਾਂ ਕਰੰਟ ਅਫੇਅਰ ਕਰਨ ਜਾ ਰਹੇ ਹਾਂ ਸਟਾਰਟ ਅ ਮੈਂ ਆਈ ਕਮਿੰਗ ਇਨ ਕਲਾਸ ਹਾਂਜੀ ਆਲਿਆ ਕੁੰਗਰੂ ਹਾਂਜੀ ਹਾਂ ਤੁਸੀਂ ਕਲਾਸ 'ਚ ਹੋ ਐਂਡ ਵਟ ਅਬਾਊਟ ਯੂ ਅੱਛਾ ਜੀ ਨਿਆ ਸ਼ਾਰਟ ਫਾਰਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚਲੋ ਠੀਕ ਹੈ ਸਾਰਾ ਦਾ ਇਗਜ਼ਾਮ ਵਧੀਆ ਹੀ ਗਿਆ ਠੀਕ ਹੈ ਚਲੋ ਹੁਣ ਓਕੇ ਹੁਣ ਬਾਕੀਆਂ ਨੂੰ ਦੇ ਕੇ ਆਪਣੇ ਦੁੱਖ ਦਰਦ ਵਧਾਉਣਾ ਜਾਂ ਘਟਾਉਣਾ ਠੀਕ ਹੈ ਵੀ ਉਹਨੇ ਅਨਨੇ ਅਟੈਂਟ ਕਰ ਲਏ ਉਹਨੇ ਅਨਨੇ ਅਟੈਂਟ ਕਰ ਲਏ ਠੀਕ ਹੈ ਹੁਣ ਜੋ ਹੋਣਾ ਸੀ ਹੋ ਚੁੱਕਿਆ ਠੀਕ ਹੈ ਨੈਕਸਟ ਪੇਪਰ ਤੇ ਫੋਕਸ ਕਰੋ ਨੈਕਸਟ ਆਪਣਾ ਮਤਲਬ ਨਿਸ਼ਾਵਤਾਓ ਤੇ ਉਹਨੂੰ ਫਿਕਸ ਕਰੋ ਤੇ ਉਹਨੂੰ ਮਤਲਬ ਆਪਣੀ ਤਿਆਰੀ ਕਰਨੀ ਸ਼ੁਰੂ ਕਰੋ ਠੀਕ ਹੈ ਮਤਲਬ ਪਾਸਟ ਤੇ ਬਹਿ ਕੇ ਜੋ ਚੀਜ਼ ਹੋ ਗਈ ਕੱਲ ਜੋ ਬੀਤ ਗਿਆ ਉਹਤੇ ਬਹਿ ਕੇ ਰੋਂਦਾ ਕੋਈ ਫਾਇਦਾ ਨਹੀਂ ਹੈ ਓਕੇ ਚਲੋ ਜੀ ਸਰ ਮੇਰਾ ਨਹੀਂ ਵਧੀਆ ਹੋਇਆ ਜਸਪ੍ਰਿਤ ਤਾਂ ਠੀਕ ਹੈ ਇਹ ਵੀ ਤਾਂ ਹੋ ਜਾਦਾ ਨੈਕਸਟ ਤੁਸੀਂ ਹੋਰ ਵਧੀਆ ਕਰੋ ਇਸ ਤੋਂ ਜੇ ਇਹ ਵਧੀਆ ਨਹੀਂ ਹੋਇਆ ਤਾਂ ਕੀ ਹੋ ਗਿਆ ਠੀਕ ਹੈ ਤਾਂ ਕੀ ਹੋ ਗਿਆ ਉਹ ਜਿਹੜੀਆਂ ਚੀਜ਼ਾਂ ਵਧੀਆ ਨਹੀਂ ਹੋਈਆਂ ਉਸ ਚੀਜ਼ ਤੇ ਫੋਕਸ ਕਰੋ ਤੇ ਨੈਕਸਟ ਇਗਜ਼ਾਮ ਦੇ ਵਿੱਚ ਉਹ ਚੀਜ਼ਾਂ ਹੋਰ ਵਧੀਆ ਕਰਨੀਆਂ ਹਾਂਜੀ ਸੋਨੀ ਇਹ ਤਾਂ ਹੈ ਸਾਰੇ ਹੀ ਕਰਿਆ ਚਲੋ ਆਦੀ ਸ਼ੁਰੂਆਤ ਕਰੀਏ 18 ਆਪ ਕਿਹਦੀ ਸੀ ਆਪਣੀ ਹਾਂ ਗੱਲ ਕਰੀਏ ਤਾਂ ਅੱਜ ਆਪਣੀ ਕਿਹਦੀ ਤਰੀਕ ਹੈ 18 ਅਕਤੂਬਰ ਠੀਕ ਹੈ ਦਿਨ ਮੰਗਲਵਾਰ ਤੇ ਆਪਾਂ ਸਟਾਰਟਿੰਗ ਕਰਿਆ ਮੈਥ ਲਿਸਨਿੰਗ ਜਮਾ ਈਜ਼ੀ ਸੀ ਓਕੇ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਕਾਫੀ ਸਟੂਡੈਂਟ ਕਹਿ ਰਹੇ ਜਮਾ ਈਜ਼ੀ ਸੀ ਉਸ ਤੋਂ ਸਿਵਾ ਇਹ ਵੀ ਕਰਿਆ ਕਰੰਟ ਦੇ ਕਾਫੀ ਜ਼ਿਆਦਾ ਕੁਐਸਚਨ ਆਏ ਸੀਗੇ ਠੀਕ ਹੈ ਕਾਫੀ ਜ਼ਿਆਦਾ ਤਾਂ ਨਹੀਂ ਕਹਿ ਸਕਦੇ ਮਤਲਬ ਐਡਾ ਸੀ ਨਾਰਮਲ ਤੋਂ ਜ਼ਿਆਦਾ ਕੁਐਸਚਨ ਆਏ ਸੀ ਕਰੰਟ ਦੇ ਠੀਕ ਹੈ ਚਲੋ पेपर वाज डबल डूएबल अच्छा मैं कह डबल की लिख रहा है डूएबल चलो ठीक है हां जी पीछे जमे के थोनू पता है 3-4 दिन अपनी मॉर्निंग जेडे डेली करंट अफेयर दी क्लासेस हो नहीं लगियां सी जेडे करके जेडे कुछ डेज सीगे जेडे आपा डेली करते हो ते सी वो मिस रह गए सी चलो हुण आपा स्टार्टिंग दे विच ओ सारे डे जेडे पीछे रह गए आपा ओ सारे कवर कर लन्ने है ठीक है गल कर रहे है 13 अक्टूबर दी ਗੱਲ ਕਰਦੇ ਆ 13 ਅਕਤੂਬਰ ਦੀ 13 ਅਕਤੂਬਰ ਨੂੰ ਕਿਹੜਾ ਹੁੰਦਾ ਇੰਟਰਨੈਸ਼ਨਲ ਡੇ ਫੋਰ ਡਿਜ਼ਾਸਟਰ ਰਿਸਕ ਰਿਡਿਊਸਰ ਠੀਕ ਹੈ ਮਤਲਬ ਉਹਨਾਂ ਨੇ ਕੀ ਕੀਤਾ ਰਿਡਕਸ਼ਨ ਕਰਨ ਲਈ ਮਤਲਬ ਘਟਾਉਣ ਲਈ ਕਾਰੀ ਨੂੰ ਜਿਹੜੇ ਰਿਸਕ ਹੋ ਰਿਹਾ ਜਾਂ ਜਾਂ ਜਿਹੜੇ ਡਿਜ਼ਾਸਟਰ ਹੋ ਰਿਹਾ ਠੀਕ ਹੈ ਉਹਨਾਂ ਲਈ ਕੀ ਕੀਤਾ ਇੱਕ ਇੰਟਰਨੈਸ਼ਨਲ ਡੇ ਬਣਾਇਆ ਹੋਇਆ ਇੰਟਰਨੈਸ਼ਨਲ ਡੇ ਬਣਾਇਆ ਕਦੋਂ ਬਣਾਇਆ ਉਹ ਕਿੰਨੀ ਤਰੀਕ ਨੂੰ ਰੱਖਿਆ ਹੋਇਆ ਅਕਤੂਬਰ 13 ਕਿੰਨੀ ਤਰੀਕ ਨੂੰ ਰੱਖਿਆ ਉਨੇ ਅਕਤੂਬਰ 13 ਵੀ ਜਿਹੜੇ ਵੀ ਡਿਜ਼ਾਸਟਰ ਹੋ ਰਹੇ ਨੇ ਉਹਨਾਂ ਦੀ ਜਿਹੜੀ ਵੀ ਰਿਸਕ ਹੈ ਉਹ ਤੋਂ ਬਚਣ ਲਈ ਕਿਸ ਤਰੀਕੇ ਨਾਲ ਬਚ ਸਕਦਾ ਉਹਦੇ ਲਈ ਮਤਲਬ ਇੱਕ ਡੇ ਸਪੈਸ਼ਲੀ ਨਿਯੁਕਤ ਕੀਤਾ ਗਿਆ ਹੁਣ ਇਹ ਡੇ ਦੀ ਗੱਲ ਕਰੀਏ ਇਹ ਡੇ ਕਿਹਦੇ ਵੱਲੋਂ ਨਿਯੁਕਤ ਕੀਤਾ ਗਿਆ ਐਜੇ ਕਿਹੜੀ ਮਤਲਬ ਸੰਸਥਾ ਸੀ ਜਿਹਦੇ ਵੱਲੋਂ ਇਹ ਕਿਹਾ ਗਿਆ ਹਾਂ ਵੀ ਅਸੀਂ ਇੱਕ ਦਿਨ ਰੱਖਾਂਗੇ ਇਹ ਜਿਹੜਾ ਰੱਖਾਂਗੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਬਾਕੀ ਸਾਰੇ ਵੀ ਜਿਹੜੇ ਦਿਨ ਹੁੰਦੇ ਆ ਜ਼ਿਆਦਾਤਰ ਇੱਕੋ ਹੀ ਦੁਆਰਾ ਰੱਖੇ ਜਾਂਦੇ ਆ ਉਹ ਆਪਣੇ ਕੋਲ ਕੀ ਜਾਂਦਾ ਯੂ ਐਨ ਜੀਏ ਯੂਨਾਈਟਿਡ ਨੇਸ਼ਨ ਜਰਮਨ ਸੋਰੀ ਜਰਨਲ असेंबली ओदे बोलो हे मतलब तय ਕੀਤਾ ਗਿਆ ਸੀ ਵੀ 13 اکتوبر ਨੂੰ ਇਹ ਦਿਨ ਰੱਖਿਆ ਜਾਊਗਾ ਨੈਸ਼ਨਲ ਡੇ ਫॉर ਡਿਜ਼ਾਸਟਰ ਰਿਸਕ ਰਿਡਕਸ਼ਨ ਠੀਕ ਹੈ ਤੇ ਜਿਹੜਾ ਸਟਾਰਟ ਹੋਇਆ ਸਟਾਰਟ ਕਦੋਂ ਐਸੀ ਜੋ ਦੀ ਗੱਲ ਕਰੀ ਤਾਂ ਆਪਣੇ ਕੋਲ ਕਿ ਨਾ ਆ ਜਾਊਗਾ 1989 ਨੂੰ ਇਹ ਸਟਾਰਟ ਹੋਇਆ ਸੀ ਕਦੋਂ ਸਟਾਰਟ ਹੋਇਆ ਸੀ 1989 ਨੂੰ ਇਹ ਸਟਾਰਟ ਹੋਇਆ ਸੀ ਠੀਕ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਜਿਹੜਾ ਇਹ ਮੇਨ ਕੰਮ ਹੈ ਵੀ ਸਾਰਿਆਂ ਨੂੰ ਕੀ ਪਤਾ ਚੱਲ ਜੇ ਤਾਂ ਸਾਰਿਆਂ ਨੂੰ ਮਤਲਬ ਅਵੇਅਰਨੈਸ ਹੋ ਜਾਏ ਜੇ ਵੀ ਜਿਹੜੀ ਰਿਸਕ ਹੈ ਉਹਨੂੰ ਉਸ ਤੋਂ ਕਿਵੇਂ ਕਰ ਸਕਦੇ ਆ ਤੇ ਇਹ ਨਾ ਇੱਕ ਪੂਰੇ ਦੇ ਪੂਰੇ ਇੱਕ ਸਲੋਗਨ ਤੇ ਚੱਲਦੀ ਹੈ ਠੀਕ ਹੈ ਇਹਦਾ ਇੱਕ ਮਤਲਬ ਫੋਕਸ ਹੈ ਪੂਰਾ ਪੂਰਾ ਜਿਹਨੂੰ ਕੀ ਕਹਿੰਦੇ ਸੰਦਾਈ ਫਰੇਮਵਰਕ ਕਹਿੰਦੇ ਨੇ ਕੀ ਕਹਿੰਦੇ ਨੇ ਜਿਵੇਂ ਕਿ ਆਲਰੇਡੀ ਲਿਖਿਆ ਹੋਇਆ ਸੀਗਾ ਕਿ ਬਿਲਕੁਲ ਜੀ ਬਿਲਕੁਲ ਜਿਹਿੰਦਾ ਕੀ ਕਹਿੰਦੇ ਸੰਦਾਈ ਫਰੇਮਵਰਕ ਜਿਹੜਾ ਜਿਹੜਾ ਕਿਹਦੇ ਵੱਲੋਂ ਆਇਆ ਜਪਾਨ ਵੱਲੋਂ ਆਇਆ ਰੀਜ਼ਨ ਕੀ ਹੈ ਜਪਾਨ ਵੱਲੋਂ ਆਇਆ ਤਾਂ ਕਿਉਂ ਆਇਆ ਕਿਉਂਕਿ ਜਪਾਨ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਆਉਂਦੇ ਆ ਅਰਥਕੀਕ ਆਉਂਦੇ ਆ ਤੇ ਤੁਸੀਂ ਇਹ ਵੀ ਨੋਟਿਸ ਕੀਤਾ ਹੋਣਾ ਕਿ ਜਪਾਨ ਦੇ ਵਿੱਚ ਮੈਕਸਿਮਮ ਜਿਹੜੇ ਹਾਊਸੇਜ਼ ਨੇ ਘਰ ਨੇ ਜਾਂ ਮੈਕਸਿਮਮ ਚੀਜ਼ਾਂ ਵੁੱਡਨ ਦੀਆਂ ਬਣੀ ਹੁੰਦੀਆਂ ਕਾਧਿਆ ਬਣੀ ਹੁੰਦੀ ਹੈ ਵੁੱਡਨ ਦੀ ਬਣੀ ਹੁੰਦੀ ਹੈ ਤਾਂ ਕਿ ਅਗਰ ਜਿਆਦਾ ਨੁਕਸਾਨ ਵੀ ਹੋ ਜਾਏ ਨਾ ਤਾਂ ਵੁੱਡੀ ਟੁੱਟੂਗੀ ਮਤਲਬ ਜਿਆਦਾ ਮਤਲਬ ਹੋਰ ਇਨ ਟਰਮ ਆਫ ਮਤਲਬ ਮਨੀ ਜਾਂ ਕੈਪੀਟਲ ਲਾਸ ਦਾ ਉਹਦਾ ਜ਼ਿਆਦਾ ਨੁਕਸਾਨ ਨਹੀਂ ਹੋਊਗਾ ਠੀਕ ਹੈ ਚਲੋ ਹੁਣ ਇਹਦਾ ਫਰੇਮਵਰਕ ਹੈ ਕੀ ਹੈ ਠੀਕ ਹੈ ਸਸਟੇਨ ਸਸਟੇਨ ਸਸਟੈਂਸ਼ੀਅਲੀ ਇਨਕਰੀਸ ਦੀ ਅਵੇਲੇਬਿਲਟੀ ਆਫ ਐਂਡ ਅਸੈਸ ਦੀ ਮਲਟੀ ਹੈਜ਼ਰਡ अर्ਲੀ अर्ਲੀ ਵਾਰਨਿੰਗ ਐਂਡ ਸਿਸਟਮ ਐਂਡ ਡਿਜ਼ਾਸਟਰ ਰਿਸਕ ਇਨਫੋਰਮੇਸ਼ਨ ਐਂਡ ਅਸੈਸਮੈਂਟ ਪੀਪਲ ਬਾਈ 2030 2030 ਤੱਕ ਕਹਿੰਦੇ ਐ ਜਾਂ ਆਪਾਂ ਕੁਝ ਕਰਨਾ ਹੈ ਜਿਹਦੇ ਨਾਲ ਕੀ ਹੋਵੇ ਜੀ ਜਿਹੜੀ ਰਿਸਕ ਆ ਰਹੀ ਹੈ ਜਾਂ ਜਿਹੜੇ ਡਿਜ਼ਾਸਟਰ ਆ ਰਹੇ ਉਹਨਾਂ ਬਾਰੇ ਪਹਿਲਾਂ ਹੀ ਥੋੜਾ ਬੋਟਾ ਆਈਡੀਆ ਹੋ ਜੇ ਤਾਂ ਕਿ ਉਹ ਦੇ ਰਿਲੇਟਡ ਅਸੀਂ ਕੋਈ ਐਕਸ਼ਨ ਲੈ ਸਕੀਏ ਓਕੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਅੱਛਾ ਜੀ ਅੰਨੇ ਅਟੈਂਪਟ ਕਰਦੇ ਹਾਂ ਕੁਐਸਚਨ ਵਧੀਆ ਗੱਲ ਹੈ ਜੀ ਫਿਰ ਤਾਂ ਓਕੇ ਨੈਕਸਟ ਆਕਰ ਦੇਖਿਓ ਨੈਕਸਟ ਆਪਣੀ ਕੋਲ ਗਿਆ ਹੈ ਵਰਲਡ ਸਾਈਟ ਡੇ ਹਾਂ ਜੀ ਵਰਲਡ ਸਾਈਟ ਡੇ ਕਿਸ ਦਿਨ ਮਨਾਇਆ ਜਾਂਦਾ ਹੈ ਕਿਸ ਨੂੰ ਆਈਡੀਆ ਹੈ ਵਰਲਡ ਸਾਈਟ ਡੇ ਵਰਲਡ ਸਾਈਟ ਡੇ ਕਿਸ ਦਿਨ ਮਨਾਇਆ ਜਾਂਦਾ ਹੈ ਫਟਾਫਟ ਫਟਾਫਟ ਉਹ ਇਹਦੀ ਵੀ ਗੱਲ ਕਰੀ ਇਹ ਵੀ ਕਦੋਂ ਮਨਾਇਆ ਜਾਂਦਾ 13 ਅਕਤੂਬਰ ਨੂੰ ਮਨਾਇਆ ਜਾਂਦਾ ਕਦੋਂ ਮਨਾਇਆ ਜਾਂਦਾ 13 ਅਕਤੂਬਰ ਨੂੰ ਮਨਾਇਆ ਜਾਂਦਾ ਜਾਰਤਰ ਇਹ ਹਮੇਸ਼ਾ 13 ਅਕਤੂਬਰ ਨੂੰ ਨਹੀਂ ਮਨਾਇਆ ਜਾਂਦਾ ਠੀਕ ਹੈ ਇਹ ਸਿਰਫ ਤੇ ਸਿਰਫ ਕਿਸ ਸਾਲ ਦੀ ਗੱਲ ਕਰ ਰਿਹਾ ਆ ਪਰ 2022 ਦੀ ਗੱਲ ਕਰ ਰਿਹਾ 2022 ਨੂੰ ਜਿਹੜਾ ਇਹ ਦਿਨ ਆਇਆ ਕਦੋਂ ਆਇਆ 13 ਅਕਤੂਬਰ ਨੂੰ ਆਇਆ ਕਿਹ ਕੋਲੀ ਗੱਲ ਕਰ ਰਹੇ ਆ 2022 ਦੀ ਅਗਰ ਜਨਰਲੀ ਗੱਲ ਕਰੀ ਜਿਹੜਾ ਵਰਲਡ ਸਾਈਟ ਦੇ ਆ ਉਹ ਜਨਰਲੀ ਕਦੋਂ ਮਨਾਇਆ ਜਾਂਦਾ ਜਿਹੜਾ ਸੈਕਿੰਡ ਮਤਲਬ ਆਪਣਾ ਕੋਲ ਕਿਹੜਾਗਾ ਥਰਸਡੇ ਆਊਗਾ ਅਕਤੂਬਰ ਦਾ ਸੈਕਿੰਡ ਥ ਸੈਕਿੰਡ ਥਰਸਡੇ ਆਫ ਅਕਤੂਬਰ ਉਸ ਦਿਨੇ ਮੜਾਇਆ ਜਾਂਦਾ ਤਾਂ ਇਸ ਵਾਰੋ ਕਦੋਂ ਆਇਆ 13 ਅਕਤੂਬਰ ਨੂੰ ਆਇਆ ਹੈ ਈਸ਼ਵਰ ਉਹ ਕਦੋਂ ਆਇਆ 13 ਅਕਤੂਬਰ ਨੂੰ ਆਇਆ ਹੈ ਠੀਕ ਹੈ ਸਪੈਸ਼ਲੀ ਉਸ ਦਿਨ ਮਨਾਇਆ ਜਾਂਦਾ ਹੈ ਤੇ ਇਹਦੀ ਜੇ ਸਟਾਰਟਿੰਗ ਕਰੀਏ ਸਟਾਰਟਿੰਗ ਕਰੋ ਇਸੀ ਤਾਂ ਸਟਾਰਟਿੰਗ ਇਹ ਰੀਸੈਂਟਲੀ ਮਤਲਬ ਪਿਛਲੇ ਸਾਲ ਪਿਛਲੇ ਸਾਲ ਨਹੀਂ ਕਰਿਆ ਜਿਹੜੀ ਲਾਸਟ ਸੈਂਚਰੀ ਲਾਂਕੇ ਗਈ ਔਰ ਲਾਸਟ ਦੇ ਐਂਡ ਦੇ ਇਅਰਸ ਦੇ ਵਿੱਚ ਇਹਦੀ ਸਟਾਰਟਿੰਗ ਹੋਈ ਸੀ ਕਹਿੰਦਾ ਮਤਲਬ 1998 ਦੇ ਵਿੱਚ ਕਰੋ 1998 ਦੇ ਵਿੱਚ ਇਹਦੀ ਸਟਾਰਟਿੰਗ ਹੋਈ ਸੀ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਸੀ ਜਿਹੜਾ ਸਭ ਤੋਂ ਪਹਿਲੀ ਵਾਰ ਹੀ ਮਨਾਇਆ ਸੀ ਉਹ ਕਦੋਂ ਮਨਾਇਆ ਸੀਗਾ ਉਹ ਮਨਾਇਆ ਸੀ 8 ਅਕਤੂਬਰ ਨੂੰ ਮਨਾਇਆ ਸੀ ਜਿਹੜਾ ਸਭ ਤੋਂ ਪਹਿਲੀ ਵਾਰ ਹੀ ਮਨਾਇਆ ਸੀ ਕਦੋਂ ਮਨਾਇਆ ਸੀ 8 ਅਕਤੂਬਰ ਨੂੰ ਮਨਾਇਆ ਸੀ 8 ਅਕਤ ਤਾਜ਼ਦੇ ਆਫ ਅਕਤੂਬਰ ਨੂੰ ਇਹ ਮਨਾਇਆ ਜਾਂਦਾ ਹੈ ਠੀਕ ਹੈ ਉਹਦੇ ਲਈ ਕਰੋ ਬਣਾਇਆ ਸੀ 8 ਅਕਤੂਬਰ 1998 ਨੂੰ ਸਭ ਤੋਂ ਪਹਿਲੀ ਵਾਰ ਹੀ ਬਣਾਇਆ ਗਿਆ ਠੀਕ ਹੈ ਤੇਰੇ ਲਾਲੀ ਇਹਨਾਂ ਨੇ ਇੱਕ ਕੈਂਪੇਨ ਵੀ ਸ਼ੁਰੂ ਕੀਤੀ ਸੀ ਕੀ ਸੀਗਾ ਥਿਸ ਕੀ ਸਾਈਟ ਫਰਸਟ ਕੈਂਪੇਨ ਕੀ ਸਾਈਟ ਫਰਸਟ ਕੈਂਪੇਨ ਤਾਂ ਕਿ ਸਾਰਿਆਂ ਨੂੰ ਅਵੇਅਰਨੈਸ ਹੋ ਜੇ ਵੀ ਸਾਈਟ ਦੇ ਰਿਲੇਟਡ ਮਤਲਬ ਨਿਗਾਹ ਰਿਲੇਟਡ ਵੀ ਅਨਲਾਈਟ ਟਾਈਮ ਦੇ ਵਿੱਚ ਕੀ ਹੋ ਰਿਹਾ ਹੈ ਮਤਲਬ ਨਿਗਾਹ ਰਿਲੇਟਡ ਕੁਝ ਪ੍ਰੋਬਲਮਸ ਆ ਰਹੀਆਂ ਉਹਨਾਂ ਤੇ ਫੋਕਸ ਕੀਤਾ ਜਾਵੇ ਉਹਨਾਂ ਤੇ ਧਿਆਨ ਰੱਖਿਆ ਜਾਵੇ ਠੀਕ ਹੈ ਹੁਣ ਇਹਦੀ ਜੇਕਰ ਥੀਮ ਦੀ ਗੱਲ ਕਰੀਏ ਉਨੇ ਦੀ ਥੀਮ ਦੀ ਗੱਲ ਕਰੀਏ ਵਰਲਡ ਸਾਈਟ ਦੇ ਦੀ ਥੀਮ ਕਿ ਆ ਬਹੁਤ ਹੀ ਸਿੰਪਲ ਹੈ ਲਵ ਯੂਰ ਆਈਜ਼ ਕਿ ਹੈ ਲਵ ਯੂਰ ਆਈਜ਼ ਠੀਕ ਹੈ ਆਪਣੀ ਅੱਖਾਂ ਨੂੰ ਕਿਹਾ ਉਹਨੇ ਕਿਸੇ ਹੋਰ ਦੀ ਅੱਖਾਂ ਨੂੰ ਨਹੀਂ ਕਿਹਾ ਠੀਕ ਹੈ ਆਪਣੀ ਅੱਖਾਂ ਨਾਲ ਪਿਆਰ ਕਰੋ ਜਿਵੇਂ ਹੁਣ ਮੈਂ ਕਹਾਂ ਮੇਰੀ ਹੁਣ ਅੱਖਾਂ ਥੋੜੀਆਂ ਥੋੜੀਆਂ ਦਰਦ ਕਰ ਰਹੀਆਂ ਪਤਾ ਨਹੀਂ ਕਿਉਂ ਕਰ ਰਹੀਆਂ ਜਦੋਂ ਸਵੇਰ ਦਾ ਉੱਠਿਆ ਸੀ ਤਾਂ ਹਲਕਾ ਹਲਕਾ ਦਰਦ ਸੀਗਾ ਠੀਕ ਹੈ ਤਾਂ ਮੈਨੂੰ ਉਹ ਸਮਝ ਨਹੀਂ ਆ ਰਿਹਾ ਕਿਉਂ ਸੀ ਕਿਉਂ ਹੁਣ ਮੈਨੂੰ ਐਡਾ ਫੀਲ ਹੋ ਰਿਹਾ ਕਿ ਮੈਨੂੰ ਕੇਅਰ ਕਰਨੀ ਚਾਹੀਦੀ ਆਪਣੀ ਅੱਖਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਠੀਕ ਹੈ ਬਿਲਕੁਲ ਜੀ ਬਿਲਕੁਲ ਓਕੇ ਓਕੇ ਨੈਕਸਟ ਅੱਗੇ ਦੇਖੋ ਨੈਕਸਟ ਆਪਣੇ ਕੋਲ ਕੀ ਆ ਗਿਆ ਵਰਲਡ ਸਟੈਂਡਰਡ ਡੇ ਨੈਕਸਟ ਆਪਣੇ ਕੋਲ ਕੀ ਆਇਆ ਹੈ ਵਰਲਡ ਸਟੈਂਡਰਡ ਡੇ ਠੀਕ ਹੈ ਹੁਣ ਵਰਲਡ ਸਟੈਂਡਰਡ ਡੇ ਦੀ ਗੱਲ ਕਰੀ ਤਾਂ ਵਰਲਡ ਸਟੈਂਡਰਡ ਡੇ ਕਦੋਂ ਮਨਾਇਆ ਜਾਂਦਾ ਹੈ 14 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਕਦੋਂ ਮਨਾਇਆ ਜਾਂਦਾ ਹੈ 14 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਹੁਣ ਜਿਹੜੇ ਇੰਜੀਨੀਅਰਿੰਗ ਸਟੂਡੈਂਟਸ ਨੇ ਮੋਸਟਲੀ ਮੋਸਟਲੀ ਸਿੱਧਾ ਤੁਸੀਂ ਮੋਸਟਲੀ ਕਰਾ ਉਹਨਾਂ ਨੂੰ ਮਤਲਬ ਇਹਦੇ ਬਾਰੇ ਜ਼ਿਆਦਾ ਪਤਾ ਹੋਊਗਾ ਸਟੈਂਡਰਡ ਸਟੂਡੈਂਟ ਕਿ ਕੀ ਹੁੰਦੇ ਆ ਠੀਕ ਆ ਹੁਣ ਵਰਲਡ ਸਟੈਂਡਰਡਸ ਦੀ ਗੱਲ ਕਰੀ ਤਾਂ ਵਰਲਡ ਸਟੈਂਡਰਡ ਦੀ ਇਹ ਮਤਲਬ ਮੇਨ ਨਤੀਜਾ ਸੀਗਾ ਇਹ ਸੀਗਾ ਵੀ ਜਿਹੜੀ ਜਿਹੜੀ ਪੁੱਛਿਆ ਜਾਵੇ ਸਟਾਰਟਿੰਗ ਕਰੋਈ ਸੀ 1970 ਦੇ ਵਿੱਚ ਇਹਦੀ ਸਟਾਰਟਿੰਗ ਹੋਈ ਸੀ ਕਦੋਂ ਹੋਈ ਸੀ 1970 ਦੇ ਵਿੱਚ ਇਹ ਤੈਅ ਹੋਇਆ ਸੀ ਵੀ ਮਤਲਬ ਇਹਨੂੰ ਇੱਕ ਮਤਲਬ ਸੈਲੀਬ੍ਰੇਟ ਕੀਤਾ ਜਾਊਗਾ ਠੀਕ ਹੈ ਜਦੋਂ ਇਹਨੂੰ ਸੈਲੀਬ੍ਰੇਟ ਕੀਤਾ ਜਾਊਗਾ ਤਾਂ ਕਿਹਦੇ ਵੱਲੋਂ ਕਿਹਾ ਗਿਆ ਸੀ ਇਹ ਐਜਾ ਕਿਹਦੇ ਵੱਲੋਂ ਕਿਹਾ ਗਿਆ ਸੀ ਤਾਂ ਇੱਕ ਆਰਗੇਨਾਈਜੇਸ਼ਨ ਆਈ ਤੇ ਕਿਹ ISO ਇੱਕ ਆਰਗੇਨਾਈਜੇਸ਼ਨ ਆ ਜਾਂਦੀ ਹੈ ISO ਦਾ ਕੀ ਫੁੱਲ ਫਾਰਮ ਕੀ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫॉर ਸਟੈਂਡਰਡਾਈਜੇਸ਼ਨ ਇੱਕ ਆਰਗੇਨਾਈਜੇਸ਼ਨ ਹੈ ਜਿਹਨੇ ਤੈਅ ਕੀਤਾ ਗਿਆ ਸੀ 1970 ਦੇ ਵਿੱਚ ਕਿ 14 ਅਕਤੂਬਰ ਨੂੰ ਅਸੀਂ ਕੀ ਰੱਖਾਂਗੇ ਵਰਲਡ ਸਟੈਂਡਰਡ ਦੇ ਰੱਖਾਂਗੇ ਕਰੋ ਰੱਖਾਂਗੇ 14 ਅਕਤੂਬਰ ਨੂੰ ਅਸੀਂ ਕੀ ਰੱਖਾਂਗੇ ਵਰਲਡ ਸਟੈਂਡਰਡ ਦੇ ਰੱਖਾਂਗੇ ਓਕੇ ਅਰਿੰਦਰ ਨੇ ਕੀ ਕਹਤਾ ਹਾਂਜੀ ਬਿਲਕੁਲ ਜੀ ਬਿਲਕੁਲ ਕਹੀਂ ਤੇ ਨਿਗਾਹਾਂ ਕਹੀਂ ਤੇ ਨਿਸ਼ਾਨਾ ਓਕੇ ਹੁਣ ਉਸ ਦਾ ਫਰਦਰ ਦੇਖਿਆ ਜਾਵੇ ਜਦੋਂ ਜੀ ਮੀਟਿੰਗ ਹੋਈ ਸੀ ਸਭ ਤੋਂ ਪਹਿਲੇ ਛਡੋ ਨਹੀਂ ਦੂਰ ਤੱਕ ਕੀ ਜਾਣ ਦੀ ਲੋੜ ਹੈ ਮੀਟਿੰਗ ਤੱਕ ਆਪਾਂ ਜਾਣ ਦੀ ਹਾਂ ਏਰੀਆ ਦਾ ਥੀਮ ਦੀ ਗੱਲ ਕਰੀਏ ਇਸ ਸਾਲ ਦੀ ਇਸ ਸਾਲ ਦੀ ਥੀਮ ਦੀ ਗੱਲ ਕਰੀਏ ਤਾਂ ਥੀਮ ਕਿਸੇ ਨੂੰ ਪਤਾ ਹੈ ਹਾਂਜੀ ਥੀਮ ਪਤਾ ਹੈ ਵਾਈਟ ਚੈਕਸ ਦੀ ਕੁਆਲਿਟੀ ਆਫ ਪ੍ਰੋਡਕਟਸ ਓਕੇ ਥੀਮ ਦੀ ਗੱਲ ਕਰੇ ਥੀਮ ਇਸ ਤਰ੍ਹਾਂ ਹੈ ਕਿ ਸ਼ੇਅਰਡ ਵਿਜ਼ਨ ਫੋਰ ਦੀ ਬੈਟਰ ਵਰਲਡ ਠੀਕ ਹੈ shirt vision for the better world ek hi edi theme ek hi edi theme okay chalo uh, okay next ehde apne liye bahut zaruri ho sakda hai ode piche reason ki hai ਉਦੇ ਪਿੱਛੇ ਰੀਜ਼ਨ ਇਹ ਹੈ ਕਿ ਅੱਜ ਕੱਲ ਹਰ ਚੀਜ਼ ਤੁਸੀਂ ਦੇਖ ਰਹੇ ਹੋ ਉਹਨੂੰ ਮਤਲਬ ਇਲੈਕਟ੍ਰੋਨਿਕਸ ਚੀਜ਼ ਨਾਲ ਜਾਂ ਈ ਮਾਈਨਰ ਨਾਲ ਦੇਖਿਆ ਜਾ ਰਿਹਾ ਠੀਕ ਹੈ ਹਰ ਚੀਜ਼ ਨੂੰ ਗ੍ਰੀਨ ਦੇ ਤੌਰ ਤੇ ਕਨਵਰਟ ਕੀਤਾ ਜਾ ਰਿਹਾ ਹੈ ਉਵੇਂ ਆਪਣੇ ਕੋਲ ਇੱਕ ਹੋਟੇ ਆ ਗਿਆ 14 ਅਕਤੂਬਰ ਨੂੰ ਕੀ ਆ ਗਿਆ ਇੰਟਰਨੈਸ਼ਨਲ ਈ ਵੇਸ ਡੇ ਕਿਹੜਾ ਡੇ ਆ ਗਿਆ ਇੰਟਰਨੈਸ਼ਨਲ ਈ ਵੇਸ ਡੇ ਹੁਣ ਇਹਦੀ ਗੱਲ ਕਰੀਏ ਸਭ ਤੋਂ ਪਹਿਲਾਂ ਕਰੋ ਸੈਲੀਬ੍ਰੇਟ ਕੀਤਾ ਗਿਆ ਸੀ 2018 ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਸੀ ਸਭ ਤੋਂ ਪਹਿਲੀ ਵਾਰ ਇਹ ਕਰੋ ਸੈਲੀਬ੍ਰੇਟ ਕੀਤਾ ਗਿਆ ਸੀ 2018 ਦੇ ਵਿੱਚ ਇਹਦਾ ਜਿਹੜਾ ਪਰਪਸ ਹੈ ਵੀ ਇਹਨੂੰ ਸੈਲੀਬ੍ਰੇਟ ਕਿਉਂ ਕੀਤਾ ਗਿਆ ਸੀ ਤਾਂ ਕਿ ਜੇ ਡੀ ਵੀ ਵੇਸਟੇਜ ਹੋ ਰਹੀ ਹੈ ਜਿਹੜੀ ਵੀ ਵੇਸਟੇਜ ਹੋ ਰਹੀ ਹੈ ਉਸ ਵੇਸਟੇਜ ਨੂੰ ਘਟਾਇਆ ਜਾਵੇ ਉਸ ਵੇਸਟੇਜ ਨੂੰ ਰਿਡਿਊਸ ਕੀਤਾ ਜਾਵੇ ਜਿਹਦੇ ਕਰਕੇ ਹੁਣ ਜਿਹੜਾ ਇਹ ਸੈਲੀਬ੍ਰੇਟ ਕੀਤਾ ਗਿਆ ਕਿਹੜੀ ਹੈ ਜੀ ਆਰਗੇਨਾਈਜੇਸ਼ਨ ਸੀ ਜਿਹਦੇ ਵੱਲੋਂ ਇਹ ਸਟਾਰਟ ਕੀਤਾ ਗਿਆ ਤਾਂ ਉਹਰੇ ਵਿੱਚ ਆਪਣੇ ਕੋਲ ਕੀ ਆ ਜੂਗੀ ਏ ਈ ਈ ਠੀਕ ਹੈ ਇੱਕ ਆਰਗੇਨਾਈਜੇਸ਼ਨ ਹੈ ਠੀਕ ਹੈ ਤਿੰਨ ਈ ਨੇ ਦੇ ਵਿੱਚ ਠੀਕ ਹੈ ਓਕੇ ਹੁਣ ਇਸ ਆਰਗਨ ਇਲੈਕਟ੍ਰੋਨਿਕ ਵੇਸਟ ਬਿਲਕੁਲ ਜੀ ਬਿਲਕੁਲ ਇਲੈਕਟ੍ਰੋਨਿਕ ਵੇਸਟ ਉਹਨੇ ਜੇ ਅਗਰ ਫੁੱਲ ਫਾਰਮ ਦੀ ਗੱਲ ਕਰੀਏ ਏ ਈ ਈ ਦਾ ਫੁੱਲ ਫਾਰਮ ਕੀ ਹੈ ਵੇਸਟ ਇਲੈਕਟ੍ਰੋਨਿਕ ਐਂਡ ਇਲੈਕਟ੍ਰੋਨਿਕਸ ਇਕੁਪਮੈਂਟ ਜਿਹੜੇ ਵੀ ਇਲੈਕਟ੍ਰੋਨਿਕ ਦਾ ਜਾਂ ਇਲੈਕਟ੍ਰੀਕਲ ਇਕੁਪਮੈਂਟਸ ਨੇ ਉਹਨਾਂ ਦਾ ਜਿਹੜਾ ਵੀ ਵੇਸਟ ਹੈ ਠੀਕ ਹੈ ਉਹਨੂੰ ਰੀਸਾਈਕਲ ਕਰਨ ਦੀ ਗੱਲ ਕੀਤੀ ਹੈ ਠੀਕ ਹੈ ਇਹਦੇ ਬਾਅਦ ਨਾ ਇੱਕ ਆਰਐਫ ਵੀ ਜੁੜ ਜਾਂਦਾ ਇਸ ਚੀਜ਼ ਤੋਂ ਬਾਅਦ ਨਾ ਇੱਕ ਆਰਐਫ ਵੀ ਜੁੜ ਜਾਂਦਾ ਆਰ ਤੋਂ ਕੀ ਆ ਗਿਆ ਰੀਸਾਈਕਲ ਐਫ ਤੋਂ ਕੀ ਆ ਗਿਆ ਫਾਰਮ ਆ ਗਿਆ ਇਸ ਤੋਂ ਬਾਅਦ ਜੁੜ ਜਾਂਦਾ ਪਰ ਜਨਰਲੀ ਇਹਨੂੰ ਡਬਲਯੂ ਈ ਈ ਈ ਕਹਿੰਦੇ ਠੀਕ ਹੈ ਟ੍ਰिपल ਈ ਕਹਿੰਦੇ ਓਕੇ ਇਹ ਹੋ ਗਿਆ ਹੋ ਗਿਆ 1912 ਅਗਰ ਆਪਾਂ ਇਹਦੀ ਥੀਮ ਦੀ ਗੱਲ ਕਰੀਏ थीम एनी बड़ी थीम थीम भी इजी है रिसाइकल या वेस्ट इजीली समझ आ जाएगा, ठीक है हाँ जी हाँ, रिसाइकल इट ऑल नो मैटर हाउस बिल्कुल सही, बिल्कुल सही, है द किंग ऑफ रशिया ओके जी ओके okay, बिल्कुल सही की है रिसाइकल इट ऑल नो मैटर हाउ स्मॉल ठीक है ਚੀਜ਼ ਜਿੰਨੀ ਵੀ ਛੋਟੀ ਹੋਵੇ ਉਹ ਫਰਕ ਨਹੀਂ ਪੈਂਦਾ ਉਹਦੇ ਨਾਲ ਨਾਲ ਲੋਕ ਕੀ ਕਹ ਰਿਹਾ ਉਹਨੂੰ ਰੀਸਾਈਕਲ ਵੀ ਕਰ ਲੋ ਠੀਕ ਆ ਫਟਾਫਟ ਉਹਨੂੰ ਰੀਸਾਈਕਲ ਵੀ ਕਰ ਲੋ ਚਲੋ ਇਹ ਤਾਂ ਸਲੋਗਨ ਹੈ ਨਾ ਸੌਰੀ ਥੀਮ ਨਹੀਂ ਹੈ ਸਲੋਗਨ ਹੈ ਚਲੋ ਐਨੀਵੇ ਓਕੇ ਨੈਕਸਟ ਓਕੇ ਇੰਪੋਰਟੈਂਟ ਹੈ ਆਪ ਦੇ ਆਪਣੇ ਸਾਰਿਆਂ ਲਈ ਆਪਣੇ ਸਾਰਿਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੀ ਹੈ ਵਰਲਡ ਸਟੂਡੈਂਟ ਦੇ ਵਰਲਡ ਸਟੂਡੈਂਟ ਦੇ ਹੁਣ ਅਗਰ ਵਰਲਡ ਸਟੂਡੈਂਟ ਦੇ ਦੀ ਗੱਲ ਕਰੀਏ ਕਿਉਂ ਉਹਨਾ ਇੰਪੋਰਟੈਂਟ ਹੈ ਇਹ ਰੱਖਿਆ ਹੀ ਕਿਉਂ ਗਿਆ ਕੀ ਰੀਜ਼ਨ ਹੈ ਇਹਦੇ ਪਿੱਛੇ ਇਹਦੇ ਪਿੱਛੇ ਰੀਜ਼ਨ ਕੀ ਹੈ ਵਰਲਡ ਸਟੂਡੈਂਟ ਦੇ ਦੇ ਪਿੱਛੇ ਉਹਨੂੰ ਵਰਲਡ ਸਟੂਡੈਂਟ ਦੇ ਦੇ ਪਿੱਛੇ ਇੱਕ ਗੱਲ ਕਰੀਏ ਸਭ ਤੋਂ ਵੱਡਾ ਰੀਜ਼ਨ ਸਭ ਤੋਂ ਵੱਡਾ ਰੀਜ਼ਨ ਠੀਕ ਹੈ ਐਪੀ ਜੇ ਅਬਦੁਲ ਕਲਾਮ ਉਹਨਾਂ ਕਰਕੇ ਰੱਖਿਆ ਹੈ ਕਿਉਂ ਕਿ ਉਹਨਾਂ ਨੂੰ ਸਟੂਡੈਂਟਸ ਨਾਲ ਬਹੁਤ ਜ਼ਿਆਦਾ ਲਗਾਵ ਸੀ ਸਟੂਡੈਂਟ ਨਾਲ ਕਿਉਂ ਲਗਾਵ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹੜੀ ਨੈਕਸਟ ਜਨਰੇਸ਼ਨ ਹੈ ਜਿਹੜੇ ਸਟੂਡੈਂਟ ਹੈ ਇਸ ਵਕਤ ਪੜ੍ਹ ਰਹੇ ਹੈ ਉਹੀ ਕੀ ਹੈ ਮਤਲਬ ਇੰਡੀਆ ਨੂੰ ਹੋਰ ਅੱਗੇ ਲੈ ਕੇ ਜਾਣਗੇ ਉਹੀ ਇੰਡੀਆ ਨੂੰ ਹੋਰ ਵਧਾਣਗੇ ਠੀਕ ਹੈ ਹ ਬਿਲਕੁਲ ਜੀ ਬਿਲਕੁਲ ਸਹੀ ਸਿਮੀ ਬਿਲਕੁਲ ਸਹੀ ਇਫ ਯੂ ਵਾਂਟ ਟੂ ਸ਼ਾਈਨ ਲਾਈਕ ਅ ਸਨ ਬਰਨ ਲਾਈਕ ਅ ਸਨ ਬਿਲਕੁਲ ਜੀ ਬਿਲਕੁਲ ਠੀਕ ਹੈ ਰੀਸਾਈਕਲ ਹੈ ਸਾਡੇ ਲਈ ਏਪੀਜ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਹਾ ਅੱਛਾ ਜੀ ਵਾਹ ਆਹਾ ਠੀਕ ਹੈ ਓਕੇ ਹਾਂ ਇੱਕ ਕਦੋਂ ਮਨਾਇਆ ਜਾਂਦਾ ਉਹਦੀ ਗੱਲ ਕਰੀਏ ਤਾਂ ਅਕਤੂਬਰ 15 ਨੂੰ ਮਨਾਇਆ ਜਾਂਦਾ ਕਦੋਂ ਮਨਾਇਆ ਜਾਂਦਾ ਅਕਤੂਬਰ 15 ਨੂੰ ਮਨਾਇਆ ਜਾਂਦਾ ਹੁਣ ਅਕਤੂਬਰ 15 ਨੂੰ ਹੈ ਕੀ ਹੈ ਅਕਤੂਬਰ 15 ਦੀ ਗੱਲ ਕਰੇ ਤਾਂ ਅਕਤੂਬਰ 15 ਨੂੰ ਕੀ ਹੈ ਬਰਥ ਐਨੀਵਰਸਰੀ ਹੈ ਬਰਥ ਐਨੀਵਰਸਰੀ ਆ ਕਿੰਨਾ ਦੀ ਡਾਕਟਰ ਐਪੀ ਜੇ ਅਬਦੁਲ ਕਲਾਮ ਦੀ ਡਾਕਟਰ ਵੀ ਕਹਿ ਸਕਦੇ ਹਾਂ ਠੀਕ ਹੈ ਇਹਨਾਂ ਕੋਲ ਬਹੁਤ ਸਾਰੀ ਡਾਕਟੋਰੇਟ ਦੀਆਂ ਡਿਗਰੀ ਨੇ ਬਹੁਤ ਸਾਰੀਆਂ ਹੀ ਡਾਕਟੋਰੇਟ ਦੀਆਂ ਡਿਗਰੀ ਨੇ ਠੀਕ ਹੈ ਬਰਥ ਐਨੀਵਰਸਰੀ 15 ਅਕਤੂਬਰ ਨੂੰ ਜਿਹੜੇ ਕਰਕੇ ਇਹ ਦਿਨ ਮਨਾਇਆ ਜਾਂਦਾ ਹੈ ਉਹਨਾਂ ਇਹ ਦਿਨ ਦੀ ਗੱਲ ਕਰੀਏ ਇਹ ਦਿਨ ਕਿਹਦੇ ਦੁਆਰਾ ਇਹ ਮਤਲਬ ਡਿਸਾਈਡ ਕੀਤਾ ਗਿਆ ਹੈ ਇਹ ਗੱਲ ਕਰੀਏ ਤਾਂ UN ਦੁਆਰਾ ਯੂਨਾਈਟਿਡ ਨੇਸ਼ਨ ਦੁਆਰਾ ਇਹ ਡੇ ਦੀ ਸਥਾਪਨਾ ਕੀਤੀ ਗਈ ਸੀ ਕਦੋਂ ਸਥਾਪਨਾ ਕੀਤੀ ਗਈ ਸੀ 2010 ਦੇ ਵਿੱਚ ਉਦੋਂ ਕਿੱਤੀ ਗਈ ਸੀ 2010 ਦੇ ਵਿੱਚ ਤਾਂ ਉਦੋਂ ਹੀ ਉਹਨਾਂ ਨੂੰ ਪਤਾ ਸੀਗਾ ਯੂਨਾਈਟਿਡ ਨੇਸ਼ਨ ਮਤਲਬ ਉਸ ਟਾਈਮ ਪੀਰੀਅਡ ਤੇ ਮਤਲਬ ਸਟਾਰਟਿੰਗ ਤੋਂ ਲੈ ਕੇ ਨਾ ਏਪੀ ਜੇ ਅਬਦੁੱਲ ਕਲਾਮ ਹੈ ਜੋ ਮਤਲਬ ਜਿਹੜੇ ਸਟੂਡੈਂਟਸ ਆ ਉਹਨਾਂ ਨਾਲ ਕਾਫੀ ਮਤਲਬ ਇੰਪੈਕਟ ਕਰਦੇ ਸੀ ਹਰ ਸਕੂਲ ਦੇ ਮੈਕਸਿਮਮ ਸਕੂਲ ਦੇ ਵਿੱਚ ਜਾਂਦੇ ਹੋਏ ਤੁਹਾਨੂੰ ਦਿਖਣਗੇ ਮੈਕਸਿਮਲ ਕਾਲਜ ਦੇ ਵਿੱਚ ਜਾਂਦੇ ਹੋਏ ਦਿਖਣਗੇ ਮੈਕਸਿਮਲ ਸਪੀਚਿਸ ਇੱਥੇ ਉਹਨਾਂ ਨੇ ਦਿੱਤੀਆਂ ਹਮੇਸ਼ਾ ਉਹਨਾਂ ਨੇ ਕਾਲਜਿਸ ਤੇ ਸਟੂਡੈਂਟਸ ਨੂੰ ਹੀ ਦਿੱਤੀਆਂ ਨੇ ਠੀਕ ਹੈ ਓਕੇ ਹੁਣ ਫਰਦਰ ਅਗਰ ਗੱਲ ਕਰੀਏ ਤਾਂ ਇਹਦੀ ਇੱਕ ਮਤਲਬ ਥੀਮ ਵੀ ਹੈ थीम ਤਾਂ ਮਤਲਬ ਕੁਝ ਖਾਸ ਨਹੀਂ ਹੈ ਮੇਨਲੀ ਜੋ ਕਹਿਣਾ ਚਾਹੁੰਦੇ ਆ ਉਹ ਕਹਿਣਾ ਕੀ ਜਾਂਦਾ ਹੈ ਅ ਮਤਲਬ ਸਟੂਡੈਂਟਸ ਨੂੰ ਉਹ ਕੀ ਕਹਿਣਾ ਚਾਹੁੰਦੇ ਆ ਵੀ ਅ ਰਾਈਜ਼ ਕਰੋ ਠੀਕ ਹੈ ਮਤਲਬ ਇੰਪਰੂਵ ਕਰੋ ਆਪਣੇ ਆਪ ਨੂੰ ਡੇ ਬਾਈ ਡੇ ਉਹਨੂੰ ਇੰਪਰੂਵ ਕਰੋ ਠੀਕ ਹੈ ਹਾਂ ਅਗਰ 2022 ਦੀ ਗੱਲ ਕਰੀਏ ਇਸ ਸਾਲ ਦੀ ਇਸ ਸਾਲ ਦੀ ਜਿਹੜੀ ਇਹਨਾਂ ਦੀ ਗੱਲ ਕਰੀਏ ਜਿਹੜੀ ਇਹਨਾਂ ਦੀ ਬਰਥ ਐਨੀਵਰਸਰੀ ਆਈ ਹੈ ਕਿੰਨੀ ਆਈ ਹੈ 91st ਆਈ ਹੈ 91st ਬਰਥ ਐਨੀਵਰਸਰੀ ਇਸ ਸਾਲ ਦੀ ਹੈ ਨਰੀ ਓਕੇ ਤੇ ਇਹਨਾਂ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਇਹਨਾਂ ਨੂੰ ਮਿਸਾਈਲ ਮੈਨਾਂ ਜਾਣਿਆ ਜਾਂਦਾ ਆਲਰੇਡੀ ਤੁਹਾਨੂੰ ਕਾਫੀ ਚਿਰ ਨੂੰ ਪਤਾ ਹੋਊਗਾ ਜਿਨੇ ਕਿਸੇ ਨੇ ਅਗਨੀ ਪੜੀ ਹੈ ਜਾਂ ਵਿੰਕਸੋ ਫਾਇਰ ਜਿਹੜੀ ਇਹਨਾਂ ਦੀ ਨੋਵਲ ਲਿਖੀ ਹੋਈ ਹੈ ਉਹ ਪੜੀਆਂ ਤਾਂ ਵਿੰਕਸ ਮਤਲਬ ਇਹਨਾਂ ਨੂੰ ਮਿਸਾਈਲ ਮੈਨਾਂ ਜਾਣਿਆ ਜਾਂਦਾ ਉਸ ਤੋਂ ਸਿਵਾ ਮਿਸਾਈਲ ਮੈਨ ਤੋਂ ਗੱਲ ਕਰੀ ਤਾਂ ਇਹ ਪ੍ਰੈਜ਼ੀਡੈਂਟ ਵੀ ਰਹਿ ਚੁੱਕਿਆ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕਿਆ ਕਿਸੇ ਨੂੰ ਪਤਾ ਕਿਸ ਟਾਈਮ ਪੀਰੀਅਡ ਦੇ ਵਿੱਚ ਪ੍ਰੈਜ਼ੀਡੈਂਟ ਰਹੇ ਸੀ ਫਟਾਫਟ ਆਨਸਰ ਕਰੋ ਕਿਸ ਟਾਈਮ ਪੀਰੀਅਡ ਦੇ ਵਿੱਚ ਪ੍ਰੈਜ਼ੀਡੈਂਟ ਰਹੇ ਸੀ ਜਿਹੜੇ ਇਹ ਸਿਰਫ 5 ਸਾਲ ਦੀ ਮਤਲਬ ਜਿਹੜਾ 5 ਸਾਲ ਦਾ ਟੇਨਰਰ ਹੁੰਦਾ ਉਹ ਰੇ ਸੀ ਕਿੰਨੇ ਸਾਲ ਦੇ ਮਤਲਬ ਕਿਹੜੇ ਸਾਲ ਦੇ ਵਿੱਚ ਇਹ ਪ੍ਰੈਜ਼ੀਡੈਂਟ ਰੇ ਸੀ ਚਲੋ ਉਹ ਆਨਸਰ ਕਰ ਦਿਓ ਠੀਕ ਹੈ ਅਗਰ ਮੈਂ ਇਹ ਦੱਸ ਦਿਨਾ ਇਹ ਮੈਂ ਫਰਦ ਦੱਸ ਦਿਨਾ ਵੀ ਇਹ ਨਹੀਂ ਗੱਲ ਕਰੀ ਤਾਂ ਕਿੰਨੇ ਪ੍ਰੈਜ਼ੀਡੈਂਟ ਰੇ ਸੀ ਇੰਡੀਆ ਦੇ ਤਾਂ ਆਪਣੇ ਕੋਲ ਕੀ ਆਉਂਦਾ 11th ਪ੍ਰੈਜ਼ੀਡੈਂਟ ਰੇ ਸੀ ਕਿੰਨੇ ਪ੍ਰੈਜ਼ੀਡੈਂਟ ਰੇ ਸੀ 11th ਪ੍ਰੈਜ਼ੀਡੈਂਟ ਰੇ ਸੀ ਇਹ ਇੰਡੀਆ ਤੇ ਠੀਕ ਹੈ ਇਹਨਾਂ ਨੂੰ ਜਦੋਂ ਪਹਿਲੀ ਵਾਰੀ ਇਹਨਾਂ ਦੀ ਪ੍ਰੈਜ਼ੀਡੈਂਸੀ ਟੇਨਰ ਖਤਮ ਹੋਇਆ ਸੀਗਾ ਨਾ ਉਸ ਤੋਂ ਬਾਅਦ ਨਰਿੰਦਰ ਮੋਦੀ ਜੀ ਨੇ ਇਹਨਾਂ ਨੂੰ ਆਫਰ ਕੀਤਾ ਸੀਗਾ ਨਹੀਂ ਨਰਿੰਦਰ ਮੋਦੀ ਜੀ ਨਹੀਂ ਹਾਂ ਉਹਨਾਂ ਨੇ ਇਹਨਾਂ ਨੂੰ ਆਫਰ ਕੀਤਾ ਸੀ ਵੀ ਤੁਸੀਂ ਆਪਣਾ ਟੈਨਰ ਐਕਸਟੈਂਡ ਕਰ ਸਕਦੇ ਹੋ ਠੀਕ ਹੈ ਨਹੀਂ ਉਹਨੋਂ ਕਾਂਗਰਸ ਦੀ ਸਰਕਾਰ ਸੀ ਯਾਰ ਮੋਦੀ ਦੀ ਤਾਂ ਬਾਤ ਹੋਈ ਸੀ 2 ਸੱਤ ਦੇ ਵਿੱਚ 2 ਤੋਂ ਲੈ ਕੇ 7 ਦੇ ਵਿੱਚ ਉਹਨੂੰ ਕਾਂਗਰਸ ਦੀ ਸਰਕਾਰ ਸੀ ਹਾਂ ਉਦੋਂ ਇਹਨਾਂ ਨੇ ਮਤਲਬ ਆਫਰ ਕੀਤਾ ਗਿਆ ਸੀ ਵੀ ਤੁਸੀਂ ਨੈਕਸਟ ਆ ਜਾਓ ਲੇਕਿਨ ਇਹਨਾਂ ਦਾ ਕਹਿਣਾ ਸੀਗਾ ਵੀ ਜੇ ਜੇ ਤੁਸੀਂ ਮੈਨੂੰ ਚਾਹੁੰਦੇ ਹੋ ਪ੍ਰੈਜ਼ੀਡੈਂਟ ਦੀ ਮਤਲਬ ਪੋਜੀਸ਼ਨ ਤੇ ਦੁਬਾਰੇ ਆਵਾਂ ਤਾਂ ਉਹਨਾਂ ਨਾਲ ਮੈਨੂੰ ਕੀ ਹੋਊਗਾ ਜਿਹੜੀ ਦੋਨੇ ਪਾਰਟੀਆਂ ਸਾਂ ਉਹਨਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਠੀਕ ਹੈ ਦੋਨੋਂ ਪਾਰਟੀਆਂ ਨੂੰ ਮੈਂ ਪਸੰਦ ਹੋਣਾ ਚਾਹੀਦਾ ਐਜ਼ ਅ ਪ੍ਰੈਜ਼ੀਡੈਂਟ ਤਾਂ ਹੀ ਮੈਂ ਉਸ ਪੋਜੀਸ਼ਨ ਤੇ ਆਊਗਾ ਅਗਰ ਦੂਜੀ ਪਾਰਟੀ ਜਿਹਨੂੰ ਨਹੀਂ ਪਸੰਦ ਤਾਂ ਮੈਂ ਉਹ ਪ੍ਰੈਜ਼ੀਡੈਂਸੀ ਪੋਜੀਸ਼ਨ ਤੇ ਨਹੀਂ ਆਊਗਾ ਠੀਕ ਹੈ ਇਹਨਾਂ ਨੇ ਅੰਨੀ ਵੱਡੀ ਗੱਲ ਕ ਕੁਛ ਕਿਹਾ ਜਾਂਦਾ ਕੀ ਕਿਹਾ ਜਾਂਦਾ ਪੀਪਲਸ ਪ੍ਰੈਜ਼ੀਡੈਂਟ ਕਿਹਾ ਜਾਂਦਾ ਪੀਪਲਸ ਪ੍ਰੈਜ਼ੀਡੈਂਟ ਕਿਹਾ ਜਾਂਦਾ ਠੀਕ ਹੈ ਕੀ ਕਿਹਾ ਜਾਂਦਾ ਪੀਪਲਸ ਪ੍ਰੈਜ਼ੀਡੈਂਟ ਵੀ ਕਿਹਾ ਜਾਂਦਾ ਇਹਨਾਂ ਓਕੇ ਨੈਕਸਟ 15 ਅਕਤੂਬਰ 15 ਅਕਤੂਬਰ ਦੀ ਗੱਲ ਕਰੀ ਹੁਣ 15 ਅਕਤੂਬਰ ਨੂੰ ਕੀ ਮਨਾਇਆ ਜਾਂਦਾ ਹੈ ਗਲੋਬਲ ਹੈਂਡ ਵਾਸ਼ ਡੇ ਗਲੋਬਲ ਹੈਂਡ ਵਾਸ਼ ਡੇ ਹੁਣ ਜਿਹੜੇ ਅੱਧੇ ਥੋੜੇ ਚੋਂ ਬੈਠਿਆ ਮੈਨੂੰ ਉਹਨਾਂ ਦਾ ਇਹ ਨਹੀਂ ਪਤਾ ਵੀ ਉਹਨਾਂ ਚ ਕੋਈ ਨਾ ਆਇਆ ਵੀ ਹੈਗਾ ਕਿ ਅੱਜ ਨਹੀਂ ਹੱਥ ਧੋਣ ਦੀ ਤਾਂ ਦੂਰ ਦੀ ਗੱਲ ਹੈ ਤੁਹਾਡੇ ਦੀ ठीक है इसलिए तो बढ़िया ये है गुड मॉर्निंग जी गुड मॉर्निंग बिक्रम हाँ अच्छा बिक्रम आ गए बिल्कुल जी बिल्कुल बिल्कुल ठीक है जी ओके चलो ठीक है ठीक है तब ਆ ਗਲੋਬਲ ਹੈਂਡ ਵਸ਼ੇ ਹੁਣ ਜਿਹੜਾ ਗਲੋਬਲ ਹੈਂਡ ਵਸ਼ੇ ਆ ਇਹਦਾ ਸਿੰਪਲ ਜਿਹਾ ਪਰਪਸ ਆ ਸਿੰਪਲ ਜਿਹਾ ਪਰਪਸ ਇਹ ਹੈ ਵੀ ਜਿਹੜਾ ਤੁਸੀਂ ਮਤਲਬ ਹੱਥੋਂ ਨੇ ਅਰ ਪਿੱਛੇ ਮੇਨ ਰੀਜ਼ਨ ਕੀ ਹੈ ਵੀ ਇਹ ਰੀਜ਼ਨ ਆ ਵੀ ਜਿਹੜੇ ਮਤਲਬ ਕੀਟਾਨੂ ਆ ਜਿਹੜੇ ਮਤਲਬ ਡਿਜ਼ੀਜ਼ਸ ਹੈ ਉਹ ਜ਼ਿਆਦਾ ਨਾ ਫੈਲਣ ਜਿਹੜੇ ਹੱਥ ਤੇ ਮਤਲਬ ਜਨ ਲਿਆ ਹੱਥ ਹੀ ਇੱਕ ਐਗਜੀ ਚੀਜ਼ ਆ ਜਿਹੜੀ ਹਮੇਸ਼ਾ ਕਿਸੇ ਨਾ ਕਿਸੇ ਟੀਜ ਨੂੰ ਟੱਚ ਕਰਦੀ ਰਹਿੰਦੀ ਆ ਹੁਣ ਮੈਂ ਆਹ ਟੇਬਲ ਪੜਾ ਇੱਥੇ ਆਹ ਟੇਬਲ ਪਿਆ ਹੁਣ ਮੈਂ ਇੱਥੇ ਹੱਥ ਲਾ ਕੇ ਖੜ ਜੂਗਾ ਆ ਕੁਰਸੀ ਆ ਕੁਰਸੀ ਤੇ ਰੇਲਿੰਗ ਆ ਰੇਲਿੰਗ ਤੇ ਠੀਕ ਦਾ ਮਤਲਬ ਹੱਥ ਤੋ ਜਿੰਨੇ ਜ਼ਿਆਦਾ ਹੋ ਸਕਦੇ ਤਾਂ ਕਿ ਉਹਨਾਂ ਡਿਜ਼ੀਜ਼ੇ ਜ਼ਿਆਦਾ ਨਾ ਫੈਲਣ ਹੁਣ ਇਹਦੀ ਇਸ ਸਾਲ ਦੀ ਇੱਕ ਥੀਮ ਹੀ ਰੱਖੀ ਹੈ ਥੀਮ ਕੀ ਰੱਖੀ ਹੈ ਅ ਯੂਨਾਈਟ ਫੋਰ ਯੂਨੀਵਰਸਲ ਹੈਂਡ ਹਾਈਜੀਨ ਠੀਕ ਹੈ ਥੀਮ ਹੈ ਜੀ ਇਸ ਸਾਲ ਦੀ ਅ ਯੂਨਾਈਟ ਫੋਰ ਕਿੱਥੇ ਲਿਖੀ ਹੈ ਹਾਂ ਯੂਨਾਈਟ ਫੋਰ ਯੂਨੀਵਰਸਲ ਹੈਂਡ ਵਾਸ਼ ਹਾਈਜੀਨ 1 ਜੁਲਾਈ 2022 ਇਸ ਸਾਲ ਦੀ ਥੀਮ ਹੈ ਤੇ ਜਦੋਂ ਪਹਿਲੀ ਵਾਰ ਕਦੋਂ ਮਨਾਇਆ ਗਿਆ ਸੀ 2008 ਦੇ ਵਿੱਚ ਮਨਾਇਆ ਗਿਆ ਸੀ ਸਭ ਤੋਂ ਪਹਿਲੀ ਵਾਰ ਕਦੋਂ ਮਨਾਇਆ ਗਿਆ ਸੀ ਇਹ 2008 ਦੇ ਵਿੱਚ ਇਹ ਮਨਾਇਆ ਗਿਆ ਸੀ ਸਹੀ ਕਿਹਾ ਵਿਕਰਮ ਸਰ ਨੂੰ ਤੇ ਮੈਂ ਕੱਲ ਲਾਈਵ ਦੇਖਿਆ ਹੈ ਸਰ ਦੂਰੋਂ ਹੀ ਲਿਸ਼ਕਾਰੇ ਮਾਰਦੇ ਆ ਅੱਛਾ ਰਜਿੰਦਰ ਕਹਿੰਦਾ ਕਹਿੰਦਾ ਮਤਲਬ ਹੈ ਵੀ ਮੈਂ ਦੂਰੋਂ ਹੀ ਠੀਕ ਲੱਗਦਾ ਜਦੋਂ ਮੈਂ ਨੇੜੇ ਆ ਜਾਂਦਾ ਜਾਂ ਸਾਹਮਣੇ ਆ ਜਾਂਦਾ ਮੈਂ ਮਤਲਬ ਮੈਂ ਬਸ ਮੈਂ ਹੋਰ ਨਹੀਂ ਕੁਝ ਬੋਲੂਗਾ ਠੀਕ ਆ ਥੈਂਕ ਯੂ ਰਜਿੰਦਰ ਥੈਂਕ ਯੂ ਓਕੇ ਨੈਕਸਟ 16 ਅਕਤੂਬਰ ਦੀ ਗੱਲ ਕਰੀਏ ਤਾਂ 16 ਅਕਤੂਬਰ ਨੂੰ ਇੱਕ ਖਾਸ ਦਿਨ ਹੁੰਦਾ ਕਿਹੜਾ ਹੁੰਦਾ ਵਰਲਡ ਫੂਡ ਦੇ ਕਿਹੜਾ ਹੁੰਦਾ ਵਰਲਡ ਫੂਡ ਡੇ ਵੀ ਹੁੰਦਾ ਕਦੋਂ 16 ਅਕਤੂਬਰ ਦੀ ਠੀਕ ਹੈ ਹੁਣ 16 ਅਕਤੂਬਰ ਦੀ ਗੱਲ ਕਰੀਏ ਤਾਂ ਜਿਹੜਾ ਵਰਲਡ ਫੂਡ ਡੇ ਆ ਤਾਂ ਇਹਦੇ ਵਿੱਚ ਕੀ ਖਾਸ ਸੀਦਾ ਕੀ ਖਾਸ ਸੀਦਾ ਜਿਵੇਂ ਉਹਨਾਂ ਨੇ ਲਿਖਿਆ ਹੋਇਆ ਸਾਰਾ ਕੁਝ ਲਿਖਿਆ ਹੈ ਬੈਟਰ ਪ੍ਰੋਡਕਸ਼ਨ ਬੈਟਰ ਨਿਊਟ੍ਰੀਸ਼ਨ ਬੈਟਰ এনवायरमेंट ਬੈਟਰ ਲਾਈਫ ਉਹ ਸਾਰਾ ਕੁਝ ਮਿਲਣਾ ਚਾਹੀਦਾ ਉਸ ਤੋਂ ਸਿਵਾ ਥੀਮ ਦੀ ਸਭ ਤੋਂ ਵੱਡੀ ਉਹ ਰੇ ਥੀਮ ਲਿਖੀ ਹੋਈ ਹੈ ਕੀ ਥੀਮ ਆਪਣੇ ਗੋਲ ਥੀਮ ਕੀ ਹੈ ਲੀਵ ਨੋ 1 ਬਿਹਾਈਂਡ ਕਿਸੇ ਨੂੰ ਵੀ ਪਿੱ ਜਿਵੇਂ ਕਰਦੇ ਬਚਪਨ ਦੇ ਬਚਪਨ ਤੋਂ ਕਹਿੰਦੇ ਆਇਆ ਠੀਕ ਹੈ ਥਾਲੀ ਚ ਉਨਾ ਹੀ ਪਾਓ ਜਿੰਨਾ ਖਾਣਾ ਹੈ ਪਹਿਲਾਂ ਘੱਟ ਪਾ ਲੋ ਠੀਕ ਹੈ ਥਾਲੀ ਪਹਿਲਾਂ ਹੀ ਨਾ ਜਾਰੀ ਪਾ ਲੋ ਉਸ ਤੋਂ ਬਾਅਦ ਜੁੱਠਾ ਛੱਡਣਾ ਪਵੇ ਠੀਕ ਹੈ ਉਹਦੇ ਪਿੱਛੇ ਮੇਨ ਪਰਪਸ ਕੀ ਹੁੰਦਾ ਮੇਨ ਪਰਪਸ ਇਹੀ ਹੁੰਦਾ ਹੈ ਜਿੰਨਾ ਤੁਸੀਂ ਉਹ ਖਾਣਾ ਉਨਾ ਹੀ ਖਾਓ ਬਾਕੀ ਜੇ ਜੁੱਠਾ ਹੋ ਗਿਆ ਤਾਂ ਉਹ ਕਿਸੇ ਹੋੜ ਦੇ ਖਾਣ ਦੇ ਲਾਇਕ ਨਹੀਂ ਰਹੂਗਾ ਠੀਕ ਹੈ ਆਈ ਵਾਸ ਅਨਏਬਲ ਟੂ ਗੋ ਟੂ ਗੋ ਐਂਡ ਮੀਟ ਓਕੇ ਚਲੋ ਬਾਨੇ ਬਚਾਓ ਦੇਸ਼ ਬਚਾਓ ਅਛਾ ਜੀ ਹਾਂ ਚਲੋ ਠੀਕ ਹੈ ਜੀ ਅ ਅੱਛਾ ਠੀਕ ਹੈ ਐਨੇ ਦਿਨ ਮਾਉਣ ਨੂੰ ਕੀ ਹੋਇਆ ਹੈ ਕਿਉਂ ਰਿੰਦਰ ਸਰ ਕਿਹੜਾ ਕੋਲੀ ਨਾਲ ਨਾਸੀ ਤਰੋ ਹੋ ਗਿਆ ਚਲੋ ਇਹ ਬਸ ਤੁਸੀਂ ਮਗਰੀ ਪੈ ਜਾਣੇ ਏਦਾਂ ਮਤਲਬ ਸ਼ੁਰੂ ਹੋ ਜਾਣੇ ਤੁਹਾਨੂੰ ਮੌਕਾ ਚਾਹੀਦਾ ਨਾ ਗੱਲ ਬੋਲਣ ਦਾ ਠੀਕ ਹੈ ਹਾਂ ਉਹ ਸਟਾਰਟਿੰਗ ਕਰਿਆ ਸਟੈਬਲਿਸ਼ ਕੀਤਾ ਇਹ ਕਦੋਂ ਸਟੈਬਲਿਸ਼ ਕੀਤਾ ਗਿਆ ਸੀ 1945 ਦੇ ਵਿੱਚ ਠੀਕ ਹੈ ਇੱਕ ਮਤਲਬ ਜਿਹੜੀ ਉਹ ਹੋਈ ਸੀ ਯੂਨ ਦੇ ਦੁਆਰਾ ਇਹ ਸਟਾਰਟ ਕੀਤਾ ਗਿਆ ਸੀ ਕਿ ਇਹ ਐਫ ਏ ਓ ਦੁਆਰਾ ਫੂਡ ਐਗਰੀਕਲਚਰ ਆਰਗੇਨਾਈਜੇਸ਼ਨ ਵੱਲੋਂ ਇਹ ਡਿਸਾਈਡ ਕੀਤਾ ਗਿਆ ਸੀ ਕਿ ਵਰਲਡ ਫੂਡ ਡੇ ਬਣਾਇਆ ਜਾਊਗਾ ਸਾਰਿਆਂ ਲਈ ਕੀ ਬਣਾਇਆ ਜਾਊਗਾ ਵਰਲਡ ਫੂਡ ਡੇ ਮਨਾਇਆ ਜਾਊਗਾ ਸਾਰਿਆਂ ਨੂੰ ਹੀ ਛੱਡ ਹੀ ਕਾਕੀ ਰਹਿੰਦੇ ਮਾੜੀ ਜੀ ਗੱਲ ਹੁੰਦੀ ਆ ਉਹਦੇ ਬਿਨਾ ਹੀ ਚਲੋ ਮੈਂ ਰਿਪਲਾਈ ਨਹੀਂ ਕਰਦਾ ਤੁਹਾਡੀ ਅੱਧਿਆ ਗੱਲਾਂ ਦਾ ਮੈਂ ਤਾਂ ਤੰਗ ਆ ਗਿਆ ਤੁਹਾਡੇ ਤੋਂ ਅੰਨਾ ਤੁਸੀਂ ਮਤਲਬ ਮੇਰੇ ਮਗਰ ਪੈ ਜਨੋ ਅਮਨਤਾ ਚਲ ਅੱਜਕਲ ਚੁੱਪ ਹੈ ਕਿਉਂਕਿ ਅਮਲਦਾ ਮੇਰੇ ਕੋਲ ਇੱਕ ਹੱਥਿਆਰ ਆ ਗਿਆ ਠੀਕ ਹੈ ਹੱਥ 'ਚ ਬਾਕੀ ਨਹੀਂ ਹਟਦੇ ਓਕੇ ਨੈਕਸਟ ਆਪਣੇ ਕੋਲ ਠੀਕ ਹੈ ਇੰਪੋਰਟੈਂਟ ਕਾਫੀ ਜ਼ਿਆਦਾ ਇੰਪੋਰਟੈਂਟ ਨਿਊਜ਼ ਹੈ ਆਪਣੇ ਲਈ ਠੀਕ ਹੈ ਬਹੁਤ ਹੀ ਇੰਪੋਰਟੈਂਟ ਨਿਊਜ਼ ਹੈ ਬਹੁਤ ਹੀ ਜ਼ਰੂਰੀ ਹੈ ਕਿ ਤਾਮਿਲਨਾਡੂ ਦੀ ਗਵਰਨਮੈਂਟ ਨੇ ਤਾਮਿਲਨਾਡੂ ਦੀ ਗਵਰਨਮੈਂਟ ਨੇ ਕੀਤਾ ਇੱਕ ਸੈਂਕਚਰੀ ਬਣਾਈ ਹੈ ਕੀ ਬਣਾਈ ਹੈ ਸੈਂਕਚਰੀ ਨੋਟੀਫਾਈਸ ਇੰਡੀਆਜ਼ ਦੀ ਫਰਸਟ ਪਹਿਲੀ ਹੈ ਕੀ ਰੱਖਿਆ ਉਹ ਨਾ ਕਾਦੂਵਰ ਸਿਲੰਡਰ ਲੋਰੀ ਲੋਰੀਜ਼ ਸੈਂਕਚਰੀ ਕੀ ਹੈ ਕਾਦੂਵਰ ਸਿਲੰਡਰ ਲੋਰੀਜ਼ ਸੈਂਚਰੀ ਉਹ ਜਿਹੜਾ ਇਹਰਾ ਨਾਮ ਹੈ ਜਿਹੜਾ ਇਹ ਪੰਛੀ ਜਿਹੜਾ ਇਹ પ્રાਣੀ ਤੁਹਾਨੂੰ ਦਿਖ ਰਿਹਾ ਪੰਛੀ ਦਾ ਨਹੀਂ પ્રાਣੀ ਦਾ ਨਹੀਂ ਮਤਲਬ ਐਨੀਮਲ ਆ ਇੱਕ ਟਾਈਪ ਆ ਉਹਦਾ ਨਾਮ ਕੀ ਹੈ ਸਿਲੰਡਰ ਲੋਰਿਸ ਕੀ ਨਾਮ ਹੈ ਰ ਸਿਲੰਡਰ ਲੋਰਿਸ ਦੇਖੋ ਕਾਫੀ ਅਜੀਬ ਜਿਹਾ ਲੱਗ ਰਿਹਾ ਹੈ ਦੇਖੋ ਨੂੰ ਇਹੀ ਏਰੇ ਚ ਖਾਸਤਾ ਕੀ ਖਾਸਤਾ ਹੈ ਇਹ ਮੈਕਸਿਮਮ ਤੋਂ ਮੈਕਸਿਮਮ ਕਿੱਥੇ ਮਿਲੂਗਾ ਇੰਡੀਆ ਤੇ ਸ਼੍ਰੀਲੰਕਾ ਦੇ ਵਿੱਚ ਇੰਡੀਆ ਐਂਡ ਸ਼੍ਰੀਲੰਕਾ ਹੀ ਇਹ ਜੇ ਦੋ ਜਗ੍ਹਾ ਨੇ ਜਿੱਥੋਂ ਇਹ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਜਿਸ ਜਗ੍ਹਾ ਤੇ ਹੈ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਇੰਡੀਆ ਤੇ ਸ਼੍ਰੀਲੰਕਾ ਦੀ ਇਹੀ ਖਾਸੀਤ ਹੈ ਹਾਂ ਲੇਕਿਨ ਕੁਝ ਹੋਰ ਵੀ ਜਗ੍ਹਾ ਨੇ ਸਾਊਥ ਏਸ਼ੀਆ ਦੀਆਂ ਠੀਕ ਹੈ ਕੁਝ ਹੋਰ ਵੀ ਕੰਟਰੀਜ਼ ਨੇ ਸਾਊਥ ਏਸ਼ੀਆਜ਼ ਦੀਆਂ ਕੰਟਰੀਜ਼ ਜਿੱਥੇ ਪਾਇਆ ਜਾਂਦਾ ਉਹ ਕੰਟਰੀਜ਼ ਦੇ ਵਿੱਚ ਕਿਹੜੀਆਂ-ਕਿਹੜੀਆਂ ਆ ਜਾਂਦੀਆਂ ਉੱਥੇ ਮਲੇਸ਼ੀਆ ਆ ਜਾਂਦੀ ਹੈ ਇੰਡੋਨੇਸ਼ੀਆ ਆ ਜਾਂਦੀ ਹੈ ਐਜੇ ਕੰਟਰੀਜ਼ ਆ ਜਾਂਦੀਆਂ ਮਲੇਸ਼ੀਆ ਐਂਡ ਇੰਡੋਨੇਸ਼ੀਆ ਇਹ ਜੀ ਕੰਟਰੀਸ ਆ ਜਾਂਦੀਆਂ ਜਿੱਥੇ ਪਾਇਂਦੀ ਹੈ ਲੇਕਿਨ ਇਸ ਤੋਂ ਸਿਵਾ ਕੁਝ ਹੋਰ ਵੀ ਹੈ ਇਹਦੀਆਂ ਕੁਝ ਹੋਰ ਸਪੀਸੀਜ਼ ਵੀ ਨੇ ਇਹਦੀਆਂ ਕੁਝ ਹੋਰ ਸਪੀਸੀਜ਼ ਨੇ ਜੋ ਕਿੱਥੇ ਪਾਈ ਜਾਂਦੀ ਹੈ ਸਾਊਥ ਅਫਰੀਕਾ ਦੇ ਵਿੱਚ ਕਿੱਥੇ ਪਾਈ ਜਾਂਦੀ ਹੈ ਸਾਊਥ ਅਫਰੀਕਾ ਦੇ ਲੇਕਿਨ ਸਭ ਤੋਂ ਜ਼ਿਆਦਾ ਮੈਕਸਿਮਮ ਸਪੀਸੀਜ਼ ਇਹ ਕਿੱਥੇ ਪਾਈ ਜਾਂਦੀ ਹੈ ਇੰਡੀਆ ਤੇ ਸ਼੍ਰੀਲੰਕਾ ਦੇ ਵਿੱਚ ਮੈਕਸਿਮਮ ਕਿੱਥੇ ਪਾਈਆਂ ਜਾਂਦੀ ਹੈ ਨਾ ਰਿਪੀਟ ਕਰੋ ਇੰਡੀਆ ਤੇ ਸ਼੍ਰੀਲੰਕਾ ਦੇ ਵਿੱਚ ਕੀ ਨਾਮ ਹੈ ਇਹਦਾ ਕੀ ਨਾਮ ਹੈ ਸਿਲੰਡਰ ਲੋਰੀਜ਼ ਕੀ ਨਾਮ ਹੈ ਇਹਦਾ ਸਿਲੰਡਰ ਲੋਰੀਜ਼ ਠੀਕ ਹੈ ਕਿੱਥੇ ਦੀ ਸੈਂਕਚਰੀ ਕਿੱਥੇ ਬਣਾਈ ਗਈ ਹੈ ਤਾਮਿਲਆਡੂ ਜਿੱਟਾ ਕਿੱਥੇ ਬਣਾਈ ਗਈ ਹੈ ਤਾਮਿਲਆਡੂ ਦੇ ਵਿੱਚ ਤਾਮਿਲਆਡੂ ਦੇ ਵਿੱਚ ਇੱਕ ਜਗ੍ਹਾ ਦਾ ਨਾਮ ਕਿਹਾ ਤਾਂ ਜਗ੍ਹਾ ਦਾ ਕੀ ਨਾਮ ਹੈ ਕਰੂਰ K A R U R ਉਹ ਜਗ੍ਹਾ ਦਾ ਨਾਮ ਹੈ ਜਿੱਥੇ ਬਣਾਈ ਗਿਆ ਉਹ ਕਰੂਰ ਹੈ ਕਿੱਥੇ ਔਰ ਇਹ ਨਾਲ ਹੀ ਖੋਰ ਜਰਾ ਉਹ ਕਿਹੜੀ ਹੈ ਅ ਡਿੰਡੀ ਗੁੱਲ ਠੀਕ ਹੈ ਡਿੰਡੀ ਗੁੱਲ ਇਹ ਦੋ ਜਗਾਵਾਂ ਨੇ ਠੀਕ ਹੈ ਜਿੱਥੇ ਇਹ ਰੀ ਸੈਂਚਰੀ ਬਣੀ ਹੈ ਠੀਕ ਹੈ ਸੈਂਚਰੀ ਇਹ ਦੋ ਜਗਾਵਾਂ ਤੇ ਕਿਉਂ ਬਣੀ ਹੈ ਕਿਉਂਕਿ ਸੈਂਚਰੀ ਦਾ ਜਿਹੜਾ ਏਰੀਆ ਕਾਫੀ ਜ਼ਿਆਦਾ ਵੱਡਾ ਹੈ ਕਿੰਨਾ ਏਰੀਆ ਉਹਦਾ ਉਹਦਾ 11000 ਏਕੜ ਸਮਥਿੰਗ ਹੈ ਠੀਕ ਹੈ 11000 ਏਕੜ ਦੇ ਵਿੱਚ ਇਹ ਮਤਲਬ ਸਿਲੰਡਰ ਲੋਰਿਸ ਪਾਏ ਜਾਂਦੇ ਆ ਓਕੇ ਮਿਕਸਚਰ ਆ ਬੈਟੇ ਰਾਈਟ ਲੱਗਦੇ ਹਾਂਜੀ ਮੈਨੂੰ ਵੀ ਉਹੀ ਲੱਗਦਾ ਸੀਗਾ ਨਹੀਂ ਆਸਟ੍ਰੇਲੀਆ ਦੇ ਵਿੱਚ ਨਹੀਂ ਪਾਏ ਜਾਂਦੇ ਠੀਕ ਹੈ ਮੈਕਸਿਮਮ ਸਾਊਥ ਏਸ਼ੀਆ ਜਿਹੜਿਆ ਕੰਟਰੀਸ ਨੇ ਜਿਵੇਂ ਲਿਸ਼ਾਈ ਸੀ ਮਲੇਸ਼ੀਆ ਇੰਡੋਨੇਸ਼ੀਆ ਇਕ ਅੱਧੀ ਹੋਰ ਜਰਕਾਟਾ ਠੀਕ ਹੈ ਉੱਥੇ ਪਾਇਆ ਜਾਂਦਾ ਤੇ ਉਸ ਤੋਂ ਸਿਵਾਏ ਦੀ ਕੁਝ ਸਪੀਸੀਸ ਨੇ ਜਿਹੜੀਆਂ ਉਹ ਕਿੱਥੇ ਪਾਈਆਂ ਜਾਂਦੀਆਂ ਉਹ ਸਾਊਥ ਅਫਰੀਕਾ ਦੇ ਵਿੱਚ ਪਾਈਆਂ ਜਾਂਦੀਆਂ ਨੇ ਲੇਕਿਨ ਸਭ ਤੋਂ ਜ਼ਿਆਦਾ ਇੰਡੀਆ ਤੇ ਸ਼੍ਰੀਲੰਕਾ ਦੇ ਵਿੱਚ ਹੀ ਪਾਏ ਜਾਂਦੇ ਨੇ ਇੰਡੀਆ ਦੋ ਟਾਈਪ ਨੇ दो टाइप केड़ी के जेड का दिखूंगा थोन जे का ठीक है दो, है, एरिया है दो टाइप होंगे रेड सिलेंडर लोरिस या ग्रे लोरिस एरिया टाइप फर्दर ने ठीक है कि मतलब बनी है ਅਹ ਤਾਮਿਲ ਆਡੂ ਦੇ ਵਿੱਚ ਕਿੱਥੇ ਬਣੀ ਹੈ ਇਹ ਤਾਮਿਲ ਆਡੂ ਦੇ ਵਿੱਚ ਇਨਸਟੀਟਿਊਟ ਟਾਈਪ ਕਨਜ਼ਰਵੇਸ਼ਨ ਬਿਲਕੁਲ ਜੀ ਬਿਲਕੁਲ ਓਕੇ ਹੁਣ ਫਰਦਰ ਇਹਦੇ ਬਾਰੇ ਹਾਂ ਇਹਦੀ ਗੱਲ ਕਰੀਏ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਂਦੇ ਨੇ ਇਹ ਚੀਜ਼ ਆਪਣੇ ਲਈ ਮੇ ਬੀ ਇੰਪੋਰਟੈਂਟ ਹੋ ਸਕਦੀ ਹੈ ਲੇਕਿਨ ਆਪਾਂ ਕਵਰ ਕਰਾਂਗੇ ਉਹਦੀ ਗੱਲ ਕਿਹੜੀ ਕਿਹੜੀ ਚੀਜ਼ਾਂ ਖਾਂਦੇ ਆ ਤਾਂ ਮੋਸਕੀਟਸ ਆ ਗਏ ਠੀਕ ਹੈ ਲਿਜ਼ਰਡ ਆ ਗੀਆਂ ਠੀਕ ਹੈ ਚਿਪਕਲੀਆਂ ਜਿੰਨਾ ਤੋਂ ਤੁਸੀਂ ਕਾਫੀ ਜ਼ਿਆਦਾ ਡਰਦੇ ਹੋ ਠੀਕ ਹੈ ਉਹ ਚੀਜ਼ ਆ ਗਏ ਰੈਟਸ ਆ ਗਏ ਠੀਕ ਹੈ ਐ ਜਾਂ ਜਿਹੜੀਆਂ ਚੀਜ਼ਾਂ ਇਹ ਸਭ ਤੋਂ ਜ਼ਿਆਦਾ ਇਹ ਉਹ ਹੀ ਖਾਂਦੇ ਨੇ ਠੀਕ ਹੈ ਤੇ ਪੋਇਜ਼ਨਸ ਹੁੰਦੇ ਆ ਮਤਲਬ ਇਹਨਾਂ ਦੇ ਕੂਣੀਆਂ ਤੇ ਨਾ ਮਤਲਬ ਗਲੈਂਡਸ ਆ ਉਹਨਾਂ ਦੇ ਥਰੂ ਇਹ ਕੀ ਕਰਦੇ ਆ ਮਤਲਬ ਉੱਥੇ ਪੋਇਜ਼ਨ ਹੁੰਦੀ ਹੈ ਟੀਟ ਤੇ ਲਾ ਕੇ ਫੇਰ ਸ਼ਿਕਾਰ ਕਰਦੇ ਆ ਉਹਨਾਂ ਨਾਲ ਕੀ ਹੁੰਦਾ ਕਿ ਜਿਹੜਾ ਸਾਹਮਣੇ ਵਾਲਾ ਹੁੰਦਾ ਉਹ ਕੀ ਹੁੰਦਾ ਅਨਕੌਂਸ਼ੀਅਸ ਹੋ ਜਾਂਦਾ ਹੈ ਬੇਹੋਸ਼ ਹੋ ਜਾਂਦਾ ਠੀਕ ਹੈ ਇਹਨਾਂ ਮਤਲਬ ਇਹਨਾਂ ਹੀ ਜਿਹੜੀ ਪੋਇਜ਼ਨ ਹੈ ਠੀਕ ਹੈ ਉਹ ਅੰਨੀ ਖਤਰਨਾਕ ਹੈ ਕਿ ਕਿਸੇ ਹਿਊਮਨ ਨੂੰ ਵੀ ਜਿਹੜਾ ਫਿਟ ਤੰਦਰੁਸਤ ਹਿਊਮਨ ਹੈ ਠੀਕ ਹੈ ਉਹਨੂੰ ਵੀ ਮਤਲਬ ਅਨਕੌਂਸ਼ੀਅਸ ਕਰ ਸਕਦੀ ਹੈ ਬੇਹੋਸ਼ ਕਰ ਸਕਦੀ ਹੈ ਕੁਝ ਦੇਰ ਲਈ ਮਾਰ ਨਹੀਂ ਸਕਦੀ ਲੇਕਿਨ अनकॉन्शियस ਕਰ ਸਕਦੀ ਹੈ ਵਿਕਰਮ ਮੈਂ ਤਾਂ ਸਾਈਡ ਤੇ ਆ ਨਿਗਾਹ ਹੋਰੀ ਨਾ ਸਿੱਧਾ ਥੋਡੇ ਤੇ ਜਾ ਰਹੀ ਹੈ ਐਦੋ ਆਹ ਦੇਖ ਨਿਗਾਹ ਨਾ ਸਿੱਧੀ ਇੱਧਰ ਜਾ ਰਹੀ ਹੈ ਮੈਂ ਤਾਂ ਫੇਰ ਵੀ ਸਾਈਡ ਤੇ ਆ ਠੀਕ ਹੈ ਦੇਖ ਲੈ ਬਚ ਕੇ ਰਹੀ ਅੱਖਾਂ ਦੇਖ ਮੂੰਹ ਤੋਂ ਵੱਡੀਆਂ ਬੱਲੇ ਥੋਡੇ ਹੈਂ ਅੱਖਾਂ ਕਿ ਪੂੰਛ ਕੀ ਲਿਖਿਆ ਓਕੇ ਬਹੁਤ ਕੁਝ ਹੋ ਗਿਆ ਬਹੁਤ ਕੁਝ ਹੋ ਗਿਆ ਤੁਹਾਡੇ ਨਾਲ ਤਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਹੋ ਗਿਆ ਇਹ ਹੋ ਗਿਆ ਇਹ ਹੋ ਗਿਆ ਹਾਂ ਕਿੱਥੇ ਹੈ ਮਲੇਸ਼ੀਆ ਇੰਡੋਨੇਸ਼ੀਆ ਜੜਕਟਾ ਐਜੀ ਜਗ੍ਹਾ ਤੇ ਜਾਂ ਉਸ ਤੋਂ ਸਿਵਾ ਅਫਰੀਕਾ ਦੇ ਵਿੱਚ ਇਹ ਕਾਫੀ ਜ਼ਿਆਦਾ ਪਾਇਆ ਜਾਂਦਾ ਮੈਕਸਿਮਮ ਤੋਂ ਮੈਕਸਿਮਮ ਕਿੱਥੇ ਪਾਇਆ ਜਾਂਦਾ ਇੰਡੀਆ ਤੇ ਸ਼੍ਰੀਲੰਕਾ ਪਾਇਰਫੁੱਲ ਪੌਇਜ਼ਨ ਬਾਰੇ ਦਾਸਤਾ ਠੀਕ ਹੈ ਵੈਨਮ ਕਰੋ ਇਹ ਸਾਰਾ ਕੁਝ ਦਾਸਤਾ ਸੀ ਹਾਂ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਇਹ ਜੀ ਕਿਹੜੀ ਜਗ੍ਹਾ ਜਿੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਮਿਲੂਗਾ ਤਾਂ ਮਤਲਬ ਟ੍ਰੋਪੀਕਲ ਏਰੀਆ ਨੇ ਰੇਨ ਫੋਰੈਸਟ ਏਰੀਆ ਨੇ ਸੰਘਣੇ ਜੰਗਲ ਨੇ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਦੇਖਣ ਨੂੰ ਮਿਲੂਗਾ ਤੇ ਇਹ ਜਾਤ ਮਤਲਬ ਪੇੜਾਂ ਤੇ ਦਿਖਣਗੇ ਤੁਹਾਨੂੰ ਪੇੜਾਂ ਤੇ ਰਹਿੰਦੇ ਹੋਏ ਠੀਕ ਆ ਪੇੜਾਂ ਤੇ ਜਾਤ ਘੁੰਮਦੇ ਆ ਤੇ ਮਤਲਬ ਜਿਹੜੇ ਸ਼ਿਕਾਰ ਕਰਦੇ ਆ ਰਾਤੀ ਸ਼ਿਕਾਰ ਕਰਦੇ ਆ ਠੀਕ ਆ ਵਿਕਰਮ ਬਚ ਕੇ ਨਹੀਂ ਸੁਪਨੇ ਵਿੱਚ ਆ ਕੇ ਮਤਲਬ ਸ਼ਿਕਾਰ ਕਰ ਸਕਦੇ ਆ ਠੀਕ ਆ ਕੁਝ ਵੀ ਹੋ ਸਕਦਾ ਫਿਰ ਤਾਂ ਫਿਰ ਬਚ ਕੇ ਰਹੀਂ ਠੀਕ ਆ ਹਾਂ ਇਹਨਾਂ ਲਈ ਇੰਪੋਰਟੈਂਟ ਜੀ ਕੀ ਹੋ ਜੂਗੀ ਇਹਨਾਂ ਨੂੰ ਨਾ ਕੁਝ ਸਾਲ ਪਹਿਲਾਂ ਤ ਇਨਾਂ ਨੂੰ ਕੁਝ ਸਾਲ ਪਹਿਲਾਂ ਤੱਕ ਲੇਮੋਰ ਮੰਕੀ ਦੀ ਸਪੀਸੀਸ ਹੀ ਸਮਝਿਆ ਜਾ ਰਿਹਾ ਸੀ ਕੁਝ ਸਾਲ ਪਹਿਲਾਂ ਤੱਕ ਇਹਨਾਂ ਨੂੰ ਲਿਮੋਰ ਮੰਕੀਰੀ ਸਪੀਸੀਸ ਹੀ ਸਮਝਿਆ ਜਾਂਦਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਸੈਪਰੇਟ ਕੀਤਾ ਗਿਆ ਨਹੀਂ ਇਸ ਸਿਲੈਂਡਰ ਲੌਰਿਸ ਨੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਸੈਪਰੇਟ ਕੀਤਾ ਗਿਆ ਓਕੇ ਬਾਕੀ ਇਹ ਮਤਲਬ ਅਲੱਗ-ਅਲੱਗ ਨਾਮ ਤੋਂ ਜਾਣੇ ਜਾਂਦਾ ਇਹਨਾਂ ਨੂੰ ਅਲੱਗ-ਅਲੱਗ ਜਗ੍ਹਾ ਦੇ ਵਿੱਚ ਚਾਹੇ ਉਹ ਕਈ ਆਪਾਂ ਤੇਲੰਗਣਾ ਕਹੀਏ ਠੀਕ ਹੈ ਤਾਮਿਲਨਾਡੂ ਕਹੀਏ ਮਗਲਾਲਮ ਕਹੀਏ ਹਰ ਅਲੱਗ-ਅਲੱਗ ਜਗ੍ਹਾ 'ਚ ਇਹਨਾਂ ਨੂੰ ਅਲੱਗ-ਅਲੱਗ ਨਾਮ ਨਾਲ ਜਾਣੇ ਜਾਂਦਾ ਅਨਾਂ ਆਪਣੇ ਲਈ ਜੁੜੀ ਨਹੀਂ ਹੈ ਠੀਕ ਹੈ ਤੇ ਇਹ ਮਤਲਬ ਜੇ ਤੁਸੀਂ ਉਹਨਾਂ ਦੇਖਣਗੇ ਟ੍ਰੋਪੀਕਲ ਰੀਜਨ ਦੇ ਵਿੱਚ ਹੀ ਤਾਂ ਮੀਟਰ ਦੀ ਉਚਾਈ ਤੇ ਮਤਲਬ ਜਿਹੜਾ ਵੀ ਪੋਰਸ਼ਨ ਹੋਊਗਾ ਉੱਥੇ ਹੀ ਦੇਖਣ ਨੂੰ ਮਿਲਣਗੇ ਉਸ ਤੋਂ ਨੀਚੇ ਇਹ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਗੇ ਠੀਕ ਹੈ ਤੇਰੇ ਕੋਲ ਹੀ ਆਊਗਾ ਸ਼ਾਲ ਮਾਰ ਕੇ ਤੇਨਾਲ ਜਿਆਦਾ ਹੀ ਪਿਆਰ ਹੈ ਇਨਸੇਨ ਅਜਾ ਕੀ ਕਹਤਾ ਸੀ ਇਨਸੇਨ ਓਹ ਹੋ ਰਜਿੰਦਰ ਓ ਕਿਵੇਂ ਤੁਹਾਡੇ ਅੱਧਿਆਂ ਮੈਂ ਤਾਂ ਇਕਨਾਂ ਦਾ ਜਾਤਾ ਮੈਂ ਇੱਥੇ ਕਰਾਂ ਜਾਂ ਮੈਂ ਇੱਥੇ ਕਰਾਂ ਨਹੀਂ ਤਾਂ ਤੁਹਾਨੂੰ ਅੱਧੀਆਂ ਗੱਲਾਂ ਤਾਂ ਮੈਨੂੰ ਸਮਝ ਹੀ ਨਹੀਂ ਆਉਂਦੀਆਂ ਚਲੋ ਐਨੀਵੇ ਮੂਵਿੰਗ ਟੂ ਨੈਕਸਟ ਕੀ ਹੈ ਪ੍ਰੈਜ਼ੀਡੈਂਟ ਡਰਾਪਤੀ ਮੁਰਮੂ ਇਨੋਗੇਰੇਟ ਸੁਪਰ ਕੰਪਿਊਟਰ ਪਰਮ ਕਮਰੂਪ ਐਟ ਆਈਆਈਟੀ ਗੋਵਾਟੀ ਉਹਨਾਂ IIT ਗੁਵਾਟੀ ਦੇ ਵਿੱਚ ਕੀ ਹੋਇਆ ਇਨੋਗ੍ਰੇਸ਼ਨ ਹੋਈ ਹੈ ਕਾਫੀ ਸਾਰੀ ਚੀਜ਼ਾਂ ਦੀ ਇਨੋਗ੍ਰੇਸ਼ਨ ਕੀਤੀ ਹੈ ਜਿਹਦੇ ਵਿੱਚ ਇਨੋਗ੍ਰੇਸ਼ਨ ਕਿਹਨੇ ਕੀਤੀ ਹੈ ਪ੍ਰੈਜ਼ੀਡੈਂਟ ਆਪਣੇ ਬ੍ਰੋਟਰੀ ਮੂਰੂਜੀ ਨੇ ਇਨੋਗ੍ਰੇਸ਼ਨ ਕੀਤੀ ਹੈ ਉਹਦੇ ਵਿੱਚ ਜਿਹੜੀ IIT ਅਗਰ ਆਪ ਗੱਲ ਕਰਦੇ ਗੁਵਾਟੀ ਦੇ ਤਾਂ ਉਹਦੇ ਵਿੱਚ ਇੱਕ ਇਨੋਗ੍ਰੇਸ਼ਨ ਹੋਈ ਹੈ ਕਾਦੀ ਪਰਮ ਕਮਰੂਪਦੀ ਇਨੋਗ੍ਰੇਸ਼ਨ ਹੋਈ ਹੈ ਤਾਂ ਇਹਦੇ ਵਿੱਚ ਕੀ ਹੋਇਆ ਮਤਲਬ ਇਹਦੀ ਇੱਕ ਫੈਸਿਲਿਟੀ ਤਿਆਰ ਹੋ ਰਹੀ ਹੈ ਕੀ ਤਿਆਰ ਹੋ ਰਹੀ ਹੈ फैसिलिटी तैयार हो रही है फैसिलिटी के मैक्सिमम की सुपर कंप्यूटर ही बनाए जाएंगे एक फैसिलिटी तैयार हो रही है परम कमरूप की है परम कमरूप की चीज आओ फैसिलिटी आओ कंप्यूटर नहीं है सुपर कंप्यूटर लिखी है फैसिलिटी है ओके ठीक है और होर फर्दर कुछ हाँ जी फैसिलिटी तैयार की जा रही है मतलब सुपर कंप्यूटर की वह कि आऊगी एन एस एम से ਉਹ ਕਿਦੇ ਅੰਦਰ ਆਊਗੀ ਐਨਐਸਐਮ ਦੇ ਐਨਐਸਐਮ ਕੀ ਆ ਤੁਹਾਨੂੰ ਪਿੱਛੇ ਪੜਾਇਆ ਹੋਇਆ ਐ ਐਨਐਸਐਮ ਕੀ ਚੀਜ਼ ਆ ਤੁਹਾਨੂੰ ਪਿੱਛੇ ਪੜਾਇਆ ਹੋਇਆ ਮਲਾਲਿਆਂ ਵਾਲਾ ਕੁਐਸਚਨ ਗਲਤ ਕਰਤਾ ਕਿਹੜਾ ਸੀਗਾ ਬੰਦ ਕਰੋ ਇਹ ਵਿਕਰਮ ਤਾਂ ਡਰ ਗਿਆ ਵਿਕਰਮ ਨੂੰ ਸੁਪਨੇ ਆਣ ਲੱਗੇ ਠੀਕ ਆ 2015 ਓਕੇ ਬਿਲਕੁਲ ਜੀ ਬਿਲਕੁਲ ਸਹੀ ਰਜਿੰਦਰ ਕੀ ਹੈ ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ ਬਿਲਕੁਲ ਜੀ ਬਿਲਕੁਲ ਕੀ ਹੈ ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ ਜਦੋਂ ਕਦੋਂ ਸਟਾਰਟ ਹੋਈ ਸੀ ਇਹ ਸਟਾਰਟ ਹੋਈ ਸੀ 2015 ਦੇ ਵਿੱਚ ਸਟਾਰਟ ਹੋਈ ਸੀ ਇਹਦਾ ਜਿਹੜਾ ਮੇਨ ਪਰਪਸ ਸੀ ਇਹ 2015 ਦੇ ਵਿੱਚ ਕਿਸ ਚੀਜ਼ ਦੇ ਅੰਡਰ ਸਟਾਰਟ ਹੋਈ ਸੀ ਠੀਕ ਆ ਤਾਂ ਉਹਦੇ ਵਿੱਚ ਆਪਣੇ ਕੋਲ ਕੀ ਆ ਜੀ ਡਿਜੀਟਲ ਇੰਡੀਆ ਜਿਹੜਾ ਇਹਦਾ ਮੇਨ ਫੋਕਸ ਕੀ ਸੀਗਾ ਡਿਜੀਟਲ ਇੰਡੀਆ ਦਾ ਮੇਨ ਫੋਕਸ ਸੀਗਾ ਤੇ ਉਸ ਤੋਂ ਸਿਵਾ ਕੀ ਸੀਗਾ ਵੀ ਮਤਲਬ ਹਰ ਚੀਜ਼ ਇੰਡੀਆ ਦੇ ਵਿੱਚ ਹੀ ਬਣੇ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਸੀ మేਕ ਇਨ ਇੰਡੀਆ ਵਰਜ਼ਨ ਕਿਸੀ ਮੇਕ ਇਨ ਇੰਡੀਆ ਵਰਜ਼ਨ ਉਸ ਚੀਤੇ ਦਾ ਮੇਨ ਫੋਕਸ ਕੀਤਾ ਗਿਆ ਸੀ ਓਕੇ ਆਈਆਈਟੀ ਗੁਹਾਟੀ ਇਹ ਹੋ ਗਿਆ ਠੀਕ ਹੈ 70 ਹਾਈ ਪਰਫਾਰਮੈਂਸ ਓਕੇ ਹੁਣ ਇਸ ਇੰਸਟੀਟਿਊਸ਼ਨ ਦਾ ਮੇਨ ਕੰਮ ਕੀ ਹੈ ਉਹ ਮਤਲਬ ਆਨਲਾਈਨ ਟਾਈਮ ਪੀਰੀਅਡ ਦੇ ਵਿੱਚ ਇਹਨੇ 70 70 ਜਾਂ 70 ਤੋਂ ਜ਼ਿਆਦਾ ਤੱਕ ਕੀ ਦੇਣੇ ਆ ਹਾਈ ਪਰਫਾਰਮਿੰਗ ਕੰਪਿਊਟਰ ਹੈ ਜਿਹੜੇ ਐਸਟੈਬਲਿਸ਼ ਕਰਕੇ ਦੇਣੇ ਆ ਠੀਕ ਹੈ ਜੀ ਨਾਲ ਕੀ ਆ ਆਲ ਓਵਰ ਇੰਡੀਆ ਦੇ ਵਿੱਚ ਉਹ ਪਹੁੰਚਣਗੇ ਠੀਕ ਹੈ ਉਹਦੇ ਨਾਲ ਕੀ ਹੋਊਗਾ ਮਤਲਬ ਇੱਕ ਅਲੱਗ ਜੀ ਵਾਈਬ ਸਟਾਰਟ ਹੋ ਜੂਗੀ ਕਿ ਇੰਡੀਆ ਦੇ ਵਿੱਚ ਕੰਪਿਊਟਰ ਬਾਰੇ ਅੰਨੇ ਫਾਸਟ ਬਣ ਰਿਹਾ ਤਾਂ ਮੇਕ ਇਨ ਇੰਡੀਆ ਤੇ ਡਿਜੀਟਲ ਇੰਡੀਆ ਦੋਨੋਂ ਹੀ ਚੀਜ਼ਾਂ ਮਤਲਬ ਉਹਦੇ ਵਿੱਚ ਕਵਰ ਹੋ ਜਾਣਗੇ ਜਿਨਾਂ ਨਾਲ ਕੀ ਹੋਊਗਾ ਇੰਡੀਆ ਥੋੜਾ ਮਤਲਬ ਆਨ ਲਾਈਨ ਟਾਈਮ ਦੇ ਵਿੱਚ ਹੋਰ ਫਰਦਰ ਉੱਪਰ ਆਊਗਾ ਠੀਕ ਹੈ ਨੈਕਸਟ ਗਲੋਬਲ ਪੈਨਸ਼ਨ ਇੰਡੈਕਸ नैक्सट अपने को ग्लोबल पेंशन इंडैक्स हम अगर ग्लोबल पेंशन इंडैक्स की गल करिए चीज़ है ग्लोबल कै पैनशन इंडैक्स का मतलब यह है भी जो कंट्रज़ के जीडिया पैनशन स्कीम्स ने ठीक है आफ्टर रि रिटायरमेंट उसकीम्स कहोजी ने कि क्या मतलब किस तरीके मतलब स्टैंड कर देंगे ने ठीक है मतलब जोड़े इंपलॉइज ने जोट्रीजमैन ने उन्होंने वजिया है या नहीं है ठीक है यार चीज़ा डिपेंड करिए हूँ ये अगर गल करिए इंडिया की तो इंडिया कि आया इस इंडैक्स के इंडिया फोर्टी वन रैक आया किन्नमें रैक आया 41 वन रैंक आया है तो ये अगर अगला क्वेश्चन देखा जाए इंपोर्टेंट क्वेश्चन युग टॉप तो किंट्री आई है अगर इंडिया फोर्ट वन रैक से आया टॉप तो किंट्री आई है अगर इंडिया फोर्टी वन रैंक आया है हाँ जी ਚਾਹੀਨਾ ਨਹੀਂ ਚਾਹੀਨਾ ਟੌਪ ਤੇ ਨਹੀਂ ਹੈ ਠੀਕ ਹੈ ਟੌਪ ਤੇ ਉਹ ਕੰਟਰੀਸ ਹੈ ਜਿਹੜੀ ਮੈਕਸਿਮਮ ਇੰਡੈਕਸ ਦੇ ਵਿੱਚ ਟੌਪ ਤੇ ਹੀ ਰਹਿੰਦੀਆਂ ਨੇ ਮਤਲਬ ਉੱਪਰ نیچے ਹੋ ਜਾਂਦੀਆਂ ਨਹੀਂ ਜੀ ਨਹੀਂ ਸੋ ਤੋਂ ਪਹਿਲੇ ਨੰਬਰ ਤੇ ਗੱਲ ਕਰੀਏ ਮਤਲਬ ਟੌਪ ਤੇ ਕਿਹੜੀ ਕੰਟਰੀ ਆਇਆ ਤਾਂ ਆਪਣੇ ਕੋਲ ਕੀ ਆ ਜੂਗਾ ਨੀਦਰਲੈਂਡ ਪਹਿਲੀ ਨੰਬਰ ਤੇ ਕਿਹੜੀ ਕੰਟਰੀ ਆਈ ਹੈ ਟੌਪ ਤੇ ਉਹ ਕਿਹੜੀ ਆਇਆ ਨੀਦਰਲੈਂਡ ਅਗਰ ਸੈਕਿੰਡ ਨੰਬਰ ਤੇ ਗੱਲ ਕਰੀਏ ਅਗਰ ਆਪਾਂ ਸੈਕਿੰਡ ਨੰਬਰ ਤੇ ਗੱਲ ਕਰੀਏ ਤਾਂ ਨਹੀਂ ਸੌਰੀ 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 ਥੋੜੀ ਮਿਸਟੇਕ ਹੋਈ ਹੈ ਇਹ ਉਹ ਸੈਕਿੰਡ ਨੰਬਰ ਤੇ ਸੀ ਨੀਦਰਲੈਂਡ ਸੈਕਿੰਡ ਸੇ ਪਹਿਲੀ ਤੇ ਆਈਸਲੈਂਡ ਸੌਰੀ ਮਿਸਟੇਕ ਸੈਕਿੰਡ ਤੇ ਨੀਦਰਲੈਂਡ ਪਹਿਲੀ ਤੇ ਆਈਸਲੈਂਡ ਠੀਕ ਹੈ ਥਰਡ ਤੇ ਹੈ ਡੈਨਮਾਰਕ ਥਰਡ ਤੇ ਕਿਹੜੀ ਸੀ ਡੈਨਮਾਰਕ ਤਾਰਤੇ ਕਿਹੜੀ ਸੀ ਡੈਨਮਾਰਕ ਪਹਿਲੇ ਤੇ ਆਈਸਲੈਂਡ ਦੂਜੇ ਤੇ ਨੀਦਰਲੈਂਡ ਤੀਜੇ ਤੇ ਕਿਹੜੀ ਸੀ ਡੈਨਮਾਰਕ ਤੇ ਇੰਡੀਆ ਦਾ ਕਿਹੜਾ ਰੈਂਕ ਆ ਹੈ ਇੰਡੀਆ ਦਾ 41st ਰੈਂਕ ਆ ਹੈ ਇੰਡੀਆ ਦਾ ਕਿਹੜਾ ਰੈਂਕ ਆ ਹੈ 41st ਇੰਪੋਰਟੈਂਟ ਚੀਜ਼ ਜਿਹੜਾ ਤੁਸੀਂ ਯੂਐਸ ਕਹਰੇ ਸੀ ਬਾਰ-ਬਾਰ ਤਾਂ ਯੂਐਸ ਦਾ ਕਿਹੜਾ ਰੈਂਕ ਆ ਉਹਦੇ ਬਿਸ਼ੇਗਰ ਗੱਲ ਕਰੀਏ ਤਾਂ ਯੂਐਸ ਦਾ ਆਇਆ 20th ਰੈਂਕ ਯੂਐਸ ਦਾ ਕਿੰਨਾ ਰੈਂਕ ਆਇਆ 20th ਰੈਂਕ ਆਇਆ ਉਸ ਤੋਂ ਸਿਵਾ ਥੋੜੀ ਚਾਈਨਾ ਦੀ ਵੀ ਗੱਲ ਕਰੇ ਸੀ ਚਾਈਨਾ ਦੀ ਗੱਲ ਕਰੀ ਤਾਂ ਚਾਈਨਾ ਰੈਂਕ ਕਿੰਨਾ ਆਇਆ ਹੈ ਚਾਈਨਾ ਦਾ ਆਇਆ 36th ਰੈਂਕ ਕਿੰਨਾ ਹੈ थर्ट सिक्सथ रैंक आया छत्ती ठीक है इंपोर्टेंट चीज़ ये होजूगी सब तो पहली बार पुर्तगाल की गल करिए रही पुर्तगाल सब तो पहली बार किनवे रैक तया है ट्वेंटी फोर्थ रैंक आया किनवे रैक आया ट्वेंटी फोर्थ पुर्तगाल ठीक है 24th, पुर्त पहली बार ऐदा हो भी इस रैक इस पोजिशन पर पहुंचा है ओके okay? uh, हाँ जी आइसलैंड हा, हैप्पी कंट्री है बिल्कुल जी बिल्कुल बिल्कुल बिल्कु बिल्कु बहुत ज्यादा हैप्पी कंट्री है ओके okay? uh, हां ये देखा जावे ਤਾਂ ਇਹ ਜਿਹੜਾ ਗਲੋਬਲ ਪੈਨਸ਼ਨ ਇੰਡੈਕਸ ਆ ਕਿਹਦੇ ਵੱਲੋਂ ਦਿੱਤਾ ਹੋਇਆ ਗਿਆ ਸਾਡੇ ਉੱਪਰ ਤੁਹਾਡੇ ਲਿਖਿਆ ਹੋਇਆ ਕੀ ਹੈ ਮਰਸਰ ਸੀਪੀਏ ਕੀ ਲਿਖਿਆ ਹੋਇਆ ਸੋਰੀ ਸੀਐਫਏ ਮਰਸਰ ਸੀਐਫਏ ਠੀਕ ਹੈ ਇਹ ਇੱਕ ਕੰਪਨੀ ਆ ਜਿਹਦੇ ਵੱਲੋਂ ਇਹ ਇੰਡੈਕਸ ਦਿੱਤਾ ਗਿਆ ਠੀਕ ਹੈ ਮਰਸਰ ਸੀਐਫਏ ਇੰਸਟੀਚਿਊਟ ਓਕੇ ਹੋਰ ਕੁਛ ਇਹਦੇ ਵਿੱਚ ਕੁਝ ਰਹਿ ਗਿਆ ਯਾਰ ਮਿਸਿੰਗ ਹੈ ਹਾਂ ਇਹ ਕਿੰਦਵਾ ਵਰਜਨ ਹੈ ਉਹਦੀ ਗੱਲ ਕਰੀ ਤਾਂ ਆਪਣੇ ਕੋਲ ਕੀ ਆ ਜਾਊਗਾ ਇਹ 14th ਵਰਜਨ ਹੈ ਠੀਕ ਹੈ ਕਿਨਵਾ ਵਰਜ਼ਨ ਹੈ 14 ਵਰਜ਼ਨ ਹੈ ਜਿਹੜਾ ਇਸ ਵਾਰ ਆਇਆ ਹੈ 14th एडिशन ਹੈ ਜਾਂ 14th ਵਰਜਨ ਹੈ ਠੀਕ ਹੈ ਪੈਨਸ਼ਨ ਸਿਸਟਮ ਦੀ ਗੱਲ ਹੋ ਰਹੀ ਹੈ ਹੁਣ ਨੈਕਸਟ ਦੇਖੋ ਇੱਕ ਤੇ ਦੀ ਇੰਪੋਰਟੈਂਟ ਜਿਹੜੇ ਪੈਨਸ਼ਨ ਸਿਸਟਮ ਮਤਲਬ ਡਿਪੈਂਡ ਹੋ ਜਿਹਨੂੰ ਦੇ ਕੇ ਰੈਂਕਿੰਗ ਦਿੱਤੀ ਗਈ ਹੈ ਉਹ ਜਿਹੜੀ ਰੈਂਕਿੰਗ ਦਿੱਤੀ ਹੈ ਕਿਹੜੀਆਂ ਤਿੰਨ ਚੀਜ਼ਾਂ ਤੇ ਖਾਸ ਤਿਆਂ ਰੱਖਦੇ ਹੈ ਕਿਹੜੀਆਂ ਤਿੰਨ ਤਿੰਨ ਚੀਜ਼ਾਂ ਤੇ ਖਾਸ ਤਿਆਂ ਰੱਖਦੇ ਤੇ ਉਹਨਾਂ ਤੇ ਫੋਕਸ ਕਰੋ ਤਾਂ ਆਪਣੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ এডੂਕੇਸੀ এডੂਕੇਸੀ ਦਾ ਮਤਲਬ ਕੀ ਹੈ ਕਿੰਨੀ ਵਧੀਆ ਚੀਜ਼ ਦਾ ਕਿੰਨਾ ਵਧੀਆ ਸਿਸਟਮ ਇਹਨਾਂ ਕੋਲ ਹੈਗਾ ਉਸ ਤੋਂ ਚਿਵਾ ਕੀ ਹੋ ਜਾਊਗਾ ਸਸਟੇਨੇਬਿਲਟੀ ਜਾਂ ਕੀ ਲਿਖਿਆ ਸਟੇਬਿਲਟੀ ਸੌਰੀ ਨਾ ਸਸਟੇ ਵੀ ਜਿਹੜਾ ਉਹਨਾਂ ਦਾ ਸਿਸਟਮ ਨਾ ਹੈ ਸਟੇਬਲ ਹੈ ਜਾਂ ਨਹੀਂ ਹੈ ਉਸ ਤੋਂ ਤੀਜੀ ਗੱਲ ਕਰੀ ਤਾਂ ਆਪਣੇ ਕੋਲ ਕੀ ਹੈ ਇੰਟੀਗ੍ਰਿਟੀ ਵੀ ਮਤਲਬ ਇੰਟੀਗ੍ਰਲ ਮਤਲਬ ਉਹਨਾਂ ਵਧੀਆ ਹੈ ਜਿੰਨਾ ਜਰਾ ਕਹਿ ਰਹੇ ਹੈ ਠੀਕ ਹੈ ਮਤਲਬ ਯੂਜ਼ ਕਰ ਰਹੇ ਤੇ ਮਤਲਬ ਜਿਆਦਾ ਚੀਜ਼ ਜਰਾ ਬਹੁਤ ਜਰਾ ਮਤਲਬ ਪਤਾ ਚੱਲ ਰਿਹਾ ਠੀਕ ਹੈ ਅਗਰ ਨਾਰਮਲ ਗੱਲ ਕਰੀਏ ਰਿਟਾਇਰਮੈਂਟ ਦੀ ਤਾਂ ਮੈਕਸਿਮਮ ਕੰਟਰੀਜ਼ ਦੇ ਵਿੱਚ ਜਿਹੜੀ ਰਿਟਾਇਰਮੈਂਟ ਦਾ ਗੈਪ ਹੈ ਉਹ 55 ইয়ার্স ਤੋਂ ਲੈ ਕੇ मतलब 67 68 ইয়ার্স تک ਹੁੰਦਾ ਹੈ ਇਸ ਟਾਈਮ ਪੀਰੀਅਡ ਦੇ ਵਿੱਚ ਹੀ मतलब ম্যাক্সিমাম ਲੋਕ ਹੈ ਜਿਹੜੇ ম্যাক্সিমাম ਕੰਟਰੀਆਂ ਰਿਟਾਇਰ ਕਰਦੀਆਂ ਲੋਕਾਂ ਠੀਕ ਹੈ ਜਿਵੇਂ ਕਿ ਅਗਰ ਆਪਾਂ ਇੰਡੀਆ ਦੀ ਗੱਲ ਕਰਦੇ ਤਾਂ ਇੰਡੀਆ ਦੇ ਵਿੱਚ ਕਿੰਨੀ ਹੈ ਇੰਡੀਆ ਦੇ ਵਿੱਚ ਰਿਟਾਇਰਮੈਂਟ ਏਜ ਕਿੰਨੀ ਹੈ ਤੇ ਪੰਜਾਬ ਦੇ ਵਿੱਚ ਰਿਟਾਇਰਮੈਂਟ ਏਜ ਕਿੰਨੀ ਹੈ ਦੋਨੋਂ ਹੀ ਦੱਸਣੀਆਂ ਤੁਸੀਂ ਹੁਣ ਕੈਲਾ ਮਾਈ ਮਾਸਟਰ ਜੀ ਆਫੇ ਓਕੇ 60 ਕਿੱਥੋਂ ਦੀ ਐ ਇੰਡੀਆ ਦੀ ਐ ਜਾਂ ਪੰਜਾਬ ਦੀ ਐ 6050 ਮੈਨੂੰ ਕਿਵੇਂ ਪਤਾ ਚੱਲੂਗਾ ਤੁਸੀਂ ਕਿਹੜੀ ਕਿਹਦੀ ਲਿਖਦੇ ਹੋ ਕਿਸੇ ਵਰਡ ਦੇ ਨਾਲ ਪੀ ਲਿਖੋ ਕਿਸੇ ਨਾਲ ਆਈ ਲਿਖੋ ਤਾਂ ਕਿ ਮੈਨੂੰ ਪਤਾ ਚੱਲੇ ਬਿਲਕੁਲ ਜੀ ਬਿਲਕੁਲ ਠੀਕ ਐ ਠੀਕ ਐ ਬਿਲਕੁਲ ਜੀ ਬਿਲਕੁਲ ਠੀਕ ਐ ਇੰਡੀਆ ਦੀ ਕਿੰਨੀ ਐ 60 ਸਾਲ ਪੰਜਾਬ ਦੀ ਪੰਜਾਬ ਦੀ ਕਿੰਨੀ ਐ 58 58 okay? ਓਕੇ ਕੋਈ ਵੀ ਸਟੱਡੀ ਕੋਈ ਵੀ ਸਟੱਡੀ ਐਕਸ ਸਰਵਿਸਮੈਨ ਨੂੰ ਕਦੇ ਸਪੋਰਟ ਨਹੀਂ ਕਰਦਾ ਕਦੇ ਨੇਮ ਨਹੀਂ ਲੈਂਦਾ ਨਾ ਹੀ ਮੋਟੀਵੇਸ਼ਨ ਕਰਦਾ ਸਰਜੀ ਵਾਹ ਹਾਂਜੀ ਹਾਂ ਪੈਨਸ਼ਨ ਸਕੀਮਸ ਦਾ ਖਤਮ ਹੋ ਗਿਆ ਰਾਹੁਲ 2006 ਤੋਂ ਬਾਅਦ ਤਾਂ ਕਿਸੇ ਦੀ ਪੈਨਸ਼ਨ ਨਹੀਂ ਆਗੀ ਓਕੇ ਅ ਸਰ ਐਸਆਈ ਬਣ ਕੇ ਹੀ ਐਸਐਚਓ ਦਾ ਐਗਜ਼ਾਮ ਦੇ ਸਕਦੇ ਆ ਸਕਦੇ ਆ ਜਾਂ ਪਹਿਲਾਂ ਵੀ ਦੱਸ ਦੋ ਦੇਖੋ ਪਹਿਲਾਂ ਤੁਸੀਂ ਡਿਸਾਈਡ ਕਰੋ ਤੁਸੀਂ ਕਰਨਾ ਕੀ ਚਾਹੁੰਦੇ ਹੋ ਠੀਕ ਹੈ ਪਹਿਲਾਂ ਆਪਣਾ ਮਿੱਥਾ ਮਿੱਤੋ ਠੀਕ ਹੈ ਏਮ ਨੂੰ ਰੱਖੋ ਲਕਸ਼ਯ ਰੱਖੋ ਇੱਕ ਪ੍ਰੋਪਰ ਠੀਕ ਹੈ ਵੀ ਆਹ ਮੇਰਾ ਲਕਸ਼ਯ ਹੈ ਠੀਕ ਹੈ ਹੁਣ ਇੱਥੇ ਤੱਕ ਮੈਂ ਕਿਵੇਂ ਪਹੁੰਚਣਾ ਇਹ ਤੁਹਾਨੂੰ ਰਾਸਤਾ ਫਿਰ ਮਿਲੂਗਾ ਵੀ ਪਹਿਲਾਂ ਤੁਸੀਂ ਇੱਥੇ ਜਾਓ ਫਿਰ ਇੱਥੇ ਜਾਓ ਫਿਰ ਇੱਥੇ ਜਾਓ ਵੈਸੇ ਸਿੱਧਾ ਰਾਸਤਾ ਵੀ ਹੈਗਾ ਜਾਂਦਾ ਸਿੱਧਾ ਰਸਤਾ ਵੀ ਆ ਤੁਸੀਂ ਤਿਆਰੀ ਜਿਵੇਂ ਵੀ ਕੰਨੋ ਉਵੇਂ ਕਰ ਸਕਦੇ ਹੋ ਓਕੇ ਚਲੋ ਨੈਕਸਟ ਚਲਿਏ 7th ਇੰਡੀਆ ਆਰਟ ਫੈਸਟੀਵਲ ਬੀਗਨਸ ਆਰਗੇਨਾਈਜ਼ਡ ਇਨ ਨਿਊ ਦਿੱਲੀ ਠੀਕ ਹੈ ਥੋੜਾ ਜਿਆਦਾ ਮਤਲਬ ਸਿੰਪਲ ਇਰੀ ਜੀ ਆਪਣੀ ਜੋ ਮੇਨ ਇਨਫੋਰਮੇਸ਼ਨ ਹੈ ਕੀ ਹੈ ਵੀ ਇਸ ਸਾਲ ਕਿਨਮਾ ਹੋ ਰਿਹਾ ਹੋ 7th ਹੋ ਰਿਹਾ ਕਿੱਥੇ ਹੋ ਰਿਹਾ ਨਿਊ ਦਿੱਲੀ ਦੇ ਵਿੱਚ ਹੋ ਰਿਹਾ ਕੀ ਚੀਜ਼ ਹੈ ਆਰਟ ਫੈਸਟੀਵਲ ਇਹ ਚੀਜ਼ ਹੈ ਆਰਟ ਫੈਸਟੀਵਲ ਉਹਨੇ ਦੀ ਗੱਲ ਕਰੀਏ ਆਰਟ ਫੈਸਟੀਵਲ ਆਪਣੇ ਲਈ ਕਿਉਂ ਜ਼ਰੂਰੀ ਹੈ ਆਪਣੇ ਲਈ ਇਜ਼ਲੀ ਜ਼ਰੂਰੀ ਹੈ ਕਿਉਂਕਿ 올ਓਵਰ ਕੰਟਰੀਜ਼ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਜਿਹੜੇ 25 ਆਰਟ ਗੈਲਰੀਜ਼ ਨੇ ਆਲਮੋਸਟ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਠੀਕ ਹੈ 25 ਦਾ ਡਾਟਾ ਕਨਫਰਮ ਹੈ ਜਿਹੜੀ 25 ਆਰਟ ਗੈਲਰੀਜ਼ ਨੇ 올ਓਵਰ ਇੰਡੀਆ ਦੇ ਉਹ ਕਿੱਥੇ ਆਣ ਗਿਆ ਨਿਊ ਦਿੱਲੀ ਦੇ ਵਿੱਚ ਆਣ ਗਿਆ ਜਿਹੜੀ ਆ ਉਹਨਾਂ ਦੀ ਆਰਟ ਆ ਉਹ ਕੀ ਕਰਨਗੇ ਪ੍ਰੈਜ਼ੈਂਟ ਕਰਨਗੇ ਜਾਂ ਐਕਸੀਬੀਸ਼ਨ ਲਾਣਗੇ ਆ ਠੀਕ ਹੈ ਜਿਹਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ 올ਓਵਰ ਇੰਡੀਆ ਦੇ ਵਿੱਚ ਜਿਹੜੀ ਆਰਟ ਹੈ ਕਿਸ ਫਾਰਮ ਦੇ ਵਿੱਚ ਆ ਰਹੀ ਹੈ ਚਾਹੇ ਉਹ ਆਰਟਿਸਟ ਨੇ ਹੱਥ ਨਾਲ ਕੋਈ ਚੀਜ਼ ਬਣਾਈ ਹੋਵੇ ਜਾਂ ਕਿਸੇ ਤਰੀਕੇ ਨਾਲ ਕਿਸੇ ਵੀ ਫਾਰਮ ਦੀ ਗੱਲ ਹੋ ਰਹੀ ਹੈ ਆਰਟ ਦੀ ਗੱਲ ਹੋ ਰਹੀ ਹੈ ਇਸ ਤੋਂ ਸਿਵਾ ਅਗਰ ਗੱਲ ਕਰੀਏ 450 ਤੋਂ ਜ਼ਿਆਦਾ ਉਹਦੇ ਵਿੱਚ ਸਕਲਪਚਰ ਆਣਗੇ ਜਿਹੜੇ ਹੱਥੀਂ ਬਣਾਏ ਹੋ ਮਤਲਬ 450 ਜਿਆਦਾ ਉਹ ਪੁੱਤਲੇ ਆਣਗੇ ਜਿਹੜੇ ਉੱਥੇ ਆਣਗੇ ਜਿਹਦੇ ਵਿੱਚ ਉਹ ਕੀ ਦਿਖਾਨਗੇ ਆਪਣੀ ਕਲਾ ਦਿਖਾਨਗੇ ਮਤਲਬ ਜੀ ਆਰਟਿਸਟ ਆਪਣਾ ਦਿਖਾਨਗੇ 올ਓਵਰ ਇੰਡੀਆ ਦੇ ਵਿੱਚੋਂ ਜਿਹੜੇ ਜਿਹੜੀਆਂ ਚੀਜ਼ਾਂ ਆ ਰਹੀਆਂ ਠੀਕ ਆ ਜੇ ਆਪਾਂ ਮੇਨ ਚੀਜ਼ ਅਗਰ ਫੋਕਸ ਕੀਤਾ ਜਾਵੇ ਤਾਂ ਵੈਲ ਨੋਨ ਆਰਟਿਸਟ ਐਂਡ ਜੰਗਾਸਟਿਕ ਦੋਨੋਂ ਹੀ ਲੋਗ ਰਿਪਰੈਜ਼ੈਂਟ ਹੋਣਗੇ ਹੁਣ ਜਿਨ੍ਹਾਂ ਨੂੰ ਆਰਟਿਸਟ ਦੇ ਵਿੱਚ ਮਤਲਬ ਮਤਲਬ ਕਾਫੀ ਜਿਆਦਾ ਮਤਲਬ ਸ਼ੌਂਕ ਹੈ ਆਰਟ ਦੇ ਵਿੱਚ ਤਾਂ ਉਹਨਾਂ ਦੇ ਕੋਈ ਫੇਵਰੇਟ ਆਰਟਿਸਟ ਵੀ ਹੋਣਗੇ ਠੀਕ ਆ ਕਹਿੰਦਾ ਮਤਲਬ ਜਿਹੜੇ ਯੰਗ ਆਰਟਿਸਟ ਆ ਤਾਂ ਆਪਣੇ ਉਹ ਫੇਮਸ ਆ ਜਿਸ ਨੂੰ ਉਹ ਮਿਲ ਸਕਦੇ ਆ ਉਹਨਾਂ ਤੋਂ ਗਾਈਡੈਂਸ ਲੈ ਸਕਦੇ ਆ ਉਹਨਾਂ ਤੋਂ ਕੁਝ ਚੀਜ਼ਾਂ ਸਿੱਖ ਸਕਦੇ ਆ ਆਲਓਰ ਇੰਡੀਆ ਦੇ ਵਿੱਚੋਂ ਜਿਹੜੀਆਂ ਆਰਟ ਗੈਲਰੀਜ਼ ਨੇ ਉਹ ਸਾਰੀਆਂ ਉਰੇ ਆਣਗੀਆਂ ਤੇ ਆਪਣੇ ਆਪਣੇ ਆਰਟ ਨੂੰ ਉਰੇ ਪ੍ਰਦਰਸ਼ਿਤ ਕਰਨਗੀਆਂ ਠੀਕ ਹੈ ਮੇਨ ਇਰਾਪਰਪਸ ਕੀ ਹੈ ਮੇਨ ਇਰਾਪਰਪਸ ਇਹ ਹੈ ਵੀ ਜਿਹੜੀਆਂ ਇੰਡੀਆ ਦੇ ਵਿੱਚ ਆ ਉਹਦੇ ਵਿੱਚ ਜਿਹੜੀ ਆਰਟ ਗੈਲਰੀਸ ਆ ਉਹਨਾਂ ਨੂੰ ਮਤਲਬ ਥੋੜਾ ਹੋਰ ਬੜਾਵਾ ਦਿੱਤਾ ਜਾਵੇ ਆਰਟ ਕੰਨੀ ਵੀ ਥੋੜਾ ਫੋਕਸ ਕੀਤਾ ਜਾਵੇ ਠੀਕ ਹੈ ਨੈਕਸਟ ਇੰਸਟਲ ਨੇਵਲ ਕਮਾਂਡ ਕੰਡਕਟ ਆਫਸ਼ੋਰ ਸਕਿਉਰਟੀ ਐਕਸਰਸਾਈਜ਼ ਪ੍ਰਸਥਾਨ ਉ ਇੱਕ ਐਕਸਰਸ ਹੋਈ ਹੈ ਪ੍ਰਸਤਾਨ ਰੀਸੈਂਟਲੀ ਪਿੱਛੇ ਹੀ ਹੋ ਕੇ ਠੀਕ ਹੈ ਠੀਕ ਹੈ ਕੱਲੀ ਖਤਮ ਹੋਈ ਆਈ ਥਿੰਕ ਠੀਕ ਹੈ ਉਹ ਨਹੀਂ ਕੇ 2 ਦਿਨ ਦੀ ਸੀ 11 12 ਪਿਛਲੇ ਹਫਤੇ ਦੀ ਗੱਲ ਠੀਕ ਹੈ ਤਾਂ ਐਕਸਰਸ ਹੋਈ ਸੀ ਪ੍ਰਸਤਾਨ ਠੀਕ ਹੈ ਉਹ ਜਿਹੜੀ ਐਕਸਰਸ ਹੋਈ ਸੀ ਐਕਸਰਸ ਕਿੱਥੇ ਹੋਈ ਸੀ ਜਿਵੇਂ ਉਹਦੇ ਲਿਖਿਆ ਹੋਇਆ ਈਸਟਰਨ ਨੇਵਲ ਕੀ ਦੀ ਗੱਲ ਕੀਤੀ ਉਹਨੇ ਈਸਟਰਨ ਲੈਵਲ ਕਮਾਂਡ ਦੀ ਥੈਂਕ ਯੂ ਓਕੇ ਥੈਂਕ ਯੂ ਜੀ ਇਨਫੋਰਮੇਸ਼ਨ ਪ੍ਰੋਵਾਈਡ ਕਰਨਲੀ ਓਕੇ ਜੀ ਮੈਂ ਦੱਸਿਆ ਸੀ ਕੁਝ ਓਕੇ ਠੀਕ ਹੈ ਅ ਐਸ ਐਚਓ ਤਾਂ ਕਿਹਦਾ ਐਗਜ਼ਾਮ ਹੁੰਦਾ ਮੈਨੂੰ ਤਾਂ ਲੱਗਦਾ ਕਿ ਐਸਆਈ ਅ ਅੱਛਾ ਜੀ ਅ ਮਹਾਰਾਸ਼ਟਰ ਹੈ ਐਸਆਈ ਉਹ ਪ੍ਰਸਤਾਨ ਮਹਾਰਾਸ਼ਟਰੀ ਹੀ ਸੀ ਉਹ ਪ੍ਰਸਤਾਨ ਨਹੀਂ ਨਹੀਂ ਮਹਾਰਾਸ਼ਟਰ ਨਹੀਂ ਹੈ ਮਹਾਰਾਸ਼ਟਰ ਨਹੀਂ ਹੈ ਹੁਣ ਜੇ ਗੱਲ ਕਰੀਏ ਜਿਹੜੀ ਐਕਸਰਸ ਪ੍ਰਸਾਨ ਹੈ ਕਿੱਥੇ ਹੋਈ ਸੀ ਤਾਂ ਕਿੱਥੇ ਹੋਈ ਸੀ ਏਪੀ ਏਪੀ ਕੀ ਹੈ ਅੰਤਰਫਰੀ ਸੜਨੀ ਹੈਗੇ ਇਹ ਆਂਧਾ ਪ੍ਰਦੇਸ਼ ਹੈ ਕਿੱਥੇ ਹੋਈ ਸੀ ਆਂਧਰਾ ਪ੍ਰਦੇਸ਼ ਦੇ ਵਿੱਚ ਇਹ ਐਕਸਰਸਾਈਜ਼ ਹੋਈ ਸੀ ਉਹਨਾਂ ਐਕਸਰਸਾਈਜ਼ ਜਿਹੜੀ ਹੋਈ ਕਿੱਥੇ ਸੀ ਜਿਵੇਂ ਕਿ ਉਰੇ ਲਿਖਿਆ ਹੋਇਆ ਆਫਸ਼ੋਰ ਲਿਖਿਆ ਹੋਊਗਾ ਕਿੱਥੇ ਕੀ ਲਿਖਿਆ ਹੋਇਆ ਸੀ ਆਫਸ਼ੋਰ ਲਿਖਿਆ ਹੋਇਆ ਆਫਸ਼ੋਰ ਦਾ ਕੀ ਮਤਲਬ ਹੈ ਕਿ ਆਂਧਾ ਪ੍ਰਦੇਸ਼ ਦੇ ਇੱਕ ਸਾਈਡ ਤੇ ਆਂਧਾ ਪ੍ਰਦੇਸ਼ ਦੇ ਬਾਰਡਰ ਤੇ ਆਂਧਾ ਪ੍ਰਦੇਸ਼ ਦੀ ਉਹ ਵਾਲੀ ਸਾਈਡ ਤੇ ਜਿੱਥੇ ਉਹ ਜਿਹੜੀ ਮਤਲਬ ਆਂਧਾ ਪ੍ਰਦੇਸ਼ ਹੈ ਮਤਲਬ ਕਿਸੇ ਤਰੀਕੇ ਨਾਲ ਮਰੀ ਟਾਈਮ ਐਕਸਰਸਾਈਜ਼ ਕਨਵਰਟ ਕੀਤੀ ਜਾਂਦੀ ਹੈ ਕੀ ਕੀਤੀ ਹੈ ਮਰੀਨ ਟਾਈਮ ਐਕਸਰਸਾਈਜ਼ ਕਨਵਰਟ ਕੀਤੀ ਜਾਂਦੀ ਹੈ ਤੇ ਹੋਈ ਕਿੱਥੇ ਹੈ ਇਹ ਜਿਹ ਕਿਹੜੀ ਕ੍ਰਿਸ਼ਨਾ ਗੋਦਾਵਰੀ ਰਿਵਰ ਆ ਉੱਥੇ ਐਕਸਰਸਾਈਜ਼ ਨੂੰ ਕੰਡਕਟ ਕੀਤਾ ਗਿਆ ਸੀ ਕ੍ਰਿਸ਼ਨਾ ਗੋਦਾਵਰੀ ਰਿਵਰ ਉੱਥੇ ਇਸ ਐਕਸਰਸਾਈਜ਼ ਨੂੰ ਕੀ ਕੀਤਾ ਗਿਆ ਸੀ ਕੰਡਕਟ ਕੀਤਾ ਗਿਆ ਸੀ ਤੇ ਜਿਹੜਾ ਆਫਸ਼ੋਰ ਹੈ ਆਫਸ਼ੋਰ ਨੂੰ ਹੋਰ ਕਿਸ ਤਰੀਕੇ ਨਾਲ ਕੀ ਕਹਿੰਦੇ ਆ ਆ ਓਡੀਆ ਕਹਿੰਦੇ ਆ ਕੀ ਕਹਿੰਦੇ ਆ ਓਡੀਆ ਕਹਿੰਦੇ ਆ ਓਡੀਆ ਦਾ ਕੀ ਮਤਲਬ ਹੁੰਦਾ ਓਡੀਆ ਦਾ ਮਤਲਬ ਹੁੰਦਾ ਆਫਸ਼ੋਰ ਡਿਵੈਲਪਮੈਂਟ ਏਰੀਆ ਮਤਲਬ ਜਿੱਥੇ ਮਤਲਬ ਇਹ ਹੈ ਮਤਲਬ ਐਕਸਰਸਾਈਜ਼ ਕੰਡਕਟ ਕੀਤੀ ਜਾ ਸਕਦੀ ਹੈ ਨਾ ਜਿੱਥੇ ਡਿਵੈਲਪਮੈਂਟ ਹੋ ਰਹੀ ਹੈ ਜਿੱਥੇ ਕੰਮ ਹੋ ਰਿਹਾ ਹੈ ਠੀਕ ਹੈ ਉਹਨੇ ਇਸ ਐਕਸਰਸਾਈਜ਼ ਦੀ ਗੱਲ ਕਰੀਏ ਤਾਂ ਇਹ ਐਕਸਰਸਾਈਜ਼ 6 ਮਹੀਨਿਆਂ ਦੇ ਵਿੱਚ ਇੱਕ ਵਾਰ ਹੁੰਦੀ ਹੈ ਮੰਥ ਲਿਖਣਾ ਸੀ 6 ਮਹੀਨਿਆਂ ਦੇ ਵਿੱਚ ਇੱਕ ਵਾਰ ਹੁੰਦੀ ਹੈ ਇੱਕ ਐਕਸਰਸ 6 ਮਹੀਨਿਆਂ ਦੇ ਵਿੱਚ ਇੱਕ ਇੱਕ ਵਾਰ ਹੁੰਦੀ ਹੈ ਤੇ ਇਹ ਐਕਸਰਸ ਦੇ ਵਿੱਚ ਜਿਹੜੀਆਂ ਮਤਲਬ ਇੰਡੀਆ ਦੀਆਂ ਬਾਕੀ ਕੰਪਨੀਆਂਜ਼ ਨੇ oil related ਕੰਪਨੀਆਂਜ਼ ਆਫ ਪਾਰਟਿਸਿਪੇਟ ਕਰਦੀਆਂ ਨੇ ਕਿਉਂ oil related ਕੰਪਨੀਆਂਜ਼ ਕਿਉਂ ਪਾਰਟਿਸਿਪੇਟ ਕਰਦੀਆਂ ਕਿਉਂਕਿ ਇਹ ਕੀ ਹੈ ਇੱਕ offshore ਆਫਸ਼ੋਰ ਦਾ ਤਾਂ ਜਿਹੜਾ ਆਇਲ ਰਿਗਸ ਲੱਗਦੀਆਂ ਤੁਹਾਨੂੰ ਪਤਾ ਉਹ ਮਤਲਬ ਪੈਸੀਫਿਕ ਦੇ ਵਿੱਚ ਰੱਖਣਗੇ ਜਾਂ ਬੰਗਲਾਦੇਸ਼ ਦੇ ਵਿੱਚ ਬੀਓਬੀ ਚ ਰੱਖਦੀਆਂ ਠੀਕ ਹੈ ਤਾਂ ਉੱਥੇ ਮਤਲਬ ਜੇ ਕਦੇ ਇਨ ਕੇਸ ਜਿਹੜੀ ਉਹ ਆਇਲ ਰਿਗਸ ਹੁੰਦੀਆਂ ਉੱਥੇ ਕੀ ਪ੍ਰੋਬਲਮ ਆਰੇ ਤਾਂ ਹੈਲੀਕਾਪਟਰ ਦੇ ਥਰੂ ਜਿਹੜੀ ਹੈ ਮਤਲਬ ਸਰਚ ਐਂਡ ਰੈਸਕਿਊ ਆਪਰੇਸ਼ਨ ਕਰਨਗੇ ਉਹਦੇ ਲਈ ਕਾਫੀ ਹੈਲਪਫੁਲ ਹੋਊਗਾ ਓਕੇ ਪਿੱਛੇ ਡੌਗੀ ਸਰ ਕਿਹੜਾ ਡੌਗੀ ਅੱਛਾ ਓਏ ਮੈਂ ਤਾਂ ਨੋਟਿਸ ਹੀ ਨਹੀਂ ਕੀਤਾ ਸੀ ਵਾ ਨਿਗਾ ਬੜੀ ਤੇਜਾ ओके okay, चलो ठीक है आंध्र प्रदेश विशाखापटनम आंध्र प्रदेश ਉੱਥੇ ਮਤਲਬ ਉਹਦੇ ਹੈੱਡਕੁਆਟਰ ਦੇ ਅੰਦਰ ਹੋទੀਆਂ ਨੇ ਠੀਕ ਹੈ ਬਾਸ ओके ਨੈਕਸਟ ਫਰਸਟ ਨੈਸ਼ਨਲ ਕੌਲ ਕਨਕਲੇਵ ਐਂਡ ਐਗਜ਼ਿਬਿਸ਼ਨ ਇਨ ਦਿੱਲੀ ਕਨਕਲੇਵ ਦਾ ਕੀ ਮਤਲਬ ਹੁੰਦਾ ਕਿਸ ਨੂੰ ਪਤਾ ਕਨਕਲੇਵ ਦਾ ਉਹ ਕਿੰਨਾ ਬੋਤ ਹੈ ਕਿੰਨਾ ਕਿਊਟ ਹੈ ਕਿਹਦੀ ਗੱਲ ਕਰ ਰਹੇ ਹੋ ਅੱਛਾ ਡੌਗੀ ਦੀ ओके ਕਨਕਲੇਵ ਕੀ ਹੁੰਦਾ ਕਿਸੇ ਨੂੰ ਪਤਾ ਸਬਾ ਨਹੀਂ ਸਬਾ ਨਹੀਂ ਹੁੰਦੀ ਕਨਕਲੇਵ ਕਨਕਲੇਵ ਦਾ ਮਤਲਬ ਹੁੰਦਾ ਹੈ ਕਿ ਇੱਕ ਪ੍ਰਾਈਵੇਟ ਮੀਟਿੰਗ ਮਤਲਬ ਜਿਹੜੇ ਲਿਮਟਿਡ ਲੋਕਾਂ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਹੈ ਉਹਨੂੰ ਕੀ ਕਹਿੰਦੇ ਕਨਕਲੇਵ ਕਹਿੰਦੇ ਠੀਕ ਹੈ ਉਹਨੂੰ ਕੀ ਕਹਿੰਦੇ ਕਨਕਲੇਵ ਕਹਿੰਦੇ ਹੁਣ ਦੇਖੋ ਕੀ ਕਰ ਰਹੇ ਫਰਸਟ ਨੈਸ਼ਨਲ ਕਲਰ ਕਨਕਲੇਵ ਐਂਡ ਐਕਸੀਬਿਸ਼ਨ ਦੇ ਲਈ ਉਹਨੇ ਇੱਕ ਐਕਸੀਬਿਸ਼ਨ ਹੋ ਰਹੀ ਹੈ ਠੀਕ ਹੈ ਦਿੱਲੀ ਦੇ ਵਿੱਚ ਐਗਜ਼ਿਬਿਸ਼ਨ ਹੋ ਰਹੀ ਹੈ ਇਹਦਾ ਜਿਹੜਾ ਮੇਨ ਪਰਪਸ ਹੈ ਮੇਨ ਪਰਪਸ ਕੀ ਹੈ ਸਾਰੀ ਦੀ ਐਗਜ਼ਿਬਿਸ਼ਨ ਹੈ ਕਿਉਂ ਆਪਾਂ ਇਹਨੂੰ ਫੋਕਸ ਕਿਉਂ ਕੀਤਾ ਹੈ ਕਿਉਂਕਿ ਇਹ ਕੀ ਹੈ ਫਰਸਟ ਹੈ ਫੋਕਸ ਕਿਉਂ ਕੀਤਾ ਹੈ ਕਿਉਂਕਿ ਇਹ ਫਰਸਟ ਹੈ ਠੀਕ ਹੈ ਵੈਸੇ ਅਗਰ ਦੇਖਿਆ ਜਾਵੇ ਪੰਜਾਬ ਪੁਆਇੰਟ ਆਫ 뷰 ਨਾਲ ਪੰਜਾਬ ਦੇ ਇਗਜ਼ਾਮ ਨਾਲ ਅੰਨੇ ਜਰਾ ਇੰਪੋਰਟੈਂਟ ਲਈ ਹੈ ਲੇਕਿਨ ਸਿਰਫ ਤਾਂ ਸਿਰਫ ਪੰਜਾਬ ਦੇ ਇਗਜ਼ਾਮ ਦੀ ਗੱਲ ਨਹੀਂ ਕਰੇ ਜਿਨੇ ਕਿਸੇ ਹੋਰ ਪੀਪੀਐਸਸੀ ਹੋ ਗਿਆ ਪੀਸੀਐਸ ਲੈਵਲ ਜਾਂ ਯੂਪੀਐਸਸੀ ਉਹਦੇ ਲਈ ਵੀ ਇਹ ਚੀਜ਼ ਫੋਕਸ ਹੈ ਕਿਉਂਕਿ ਮੈਨੂੰ ਐਦਾ ਹੈ ਵੀ ਅੱਗੇ ਤੁਹਾਡੇ ਛੋਟੇ-ਮੋਟੇ ਇਗ ओके बिल्कुल बिल्कुल मीटिंग प्लेस भी कैसा लो यानु मतलब प्राइवेट मीटिंग भी कैसा लो हूं जड़ी एग्जिबिशन हुई सी एग्जिबिशन ਦੇ ਵਿੱਚ ਜਿਹੜਾ ਮੇਨ ਪਰਪਸ ਸੀ ਉਹ ਕੀ ਸੀ ਵੀ ਕੋਸ ਸੈਕਟਰ ਤੇ ਉਹਨਾਂ ਨੇ ਫੋਕਸ ਕਰਨ ਲਈ ਕਿਹਾ ਸੀ ਕਿ ਕੀ ਕਿਹਾ ਸੀ ਕੋਸ ਸੈਕਟਰ ਤੇ ਕੋਸ ਸੈਕਟਰ ਤੇ ਫੋਕਸ ਕਿਉਂ ਕਰਨ ਕਰਨ ਲਈ ਕਰਨ ਲਈ ਕਿਹਾ ਸੀ ਤਾਂ ਕਿ ਕੋਸ ਸੈਕਟਰ ਜਿਹੜਾ ਫੋਕਸ ਕਰਾਂਗੇ ਤਾਂ ਆਪਾਂ ਕੀ ਕਰਨਾ ਕਰਨਾ ਚਾਹੁੰਦੇ ਹਨ ਉਹ ਕੀ ਕਰਨਾ ਆਤਮ ਨਿਰਭਰ ਭਾਰਤ ਕੀ ਬਣਾਣਾ ਚਾਹੁੰਦੇ ਆਪਾਂ ਆਤਮ ਨਿਰਭਰ ਭਾਰਤ ਠੀਕ ਹੈ ਇਸ ਚੀਜ਼ ਤੇ ਫੋਕਸ ਕਰਨਾ ਚਾਹੁੰਦਾ ਵੀ ਭਾਰਤ ਦੇ ਵਿੱਚ ਹੀ ਬਣੀ ਚੀਜ਼ਾਂ ਭਾਰਤ ਦੇ ਵਿੱਚ ਹੀ ਯੂਜ਼ ਹੋ ਰਹੀਆਂ ਮੈਕਸਿਮਮ ਤੋਂ ਮੈਕਸਿਮਮ ਚੀਜ਼ਾਂ ਭਾਰਤ ਦੇ ਵਿੱਚ ਹੀ ਹੋ ਰਹੀਆਂ ਜਿਹਦੇ ਕਰਕੇ ਉਹ ਕੀ ਕਰਨਗੇ ਕੋਲ ਸੈਕਸ਼ਨ ਦੇ ਕੋਲ ਸੈਕਟਰ ਵਿੱਚ ਮੈਕਸਿਮਮ ਤੋਂ ਮੈਕਸਿਮਮ ਮਾਈਨਿੰਗ ਦਾ ਉਹ ਕੰਮ ਸ਼ੁਰੂ ਕਰਨਾ ਚਾਹੁੰਦੇ ਠੀਕ ਹੈ ਜਿਹਦੇ ਕਰਕੇ ਜਿਹਦੇ ਕਰਕੇ ਜਿਹੜਾ ਕੋਲ ਦੇ ਮਨਿਸਟਰ ਨੇ ਯੂਨੀਅਨ ਮਿਨਿਸਟਰ ਆਫ ਕੋਲ ਤੇ ਉਸ ਤੋਂ ਬਾਅਦ ਰੇਲਵੇ ਦੇ ਮਨਿਸਟਰ ਆਗੇ ਉਹ ਦੋਨਾਂ ਦੇ ਵਿੱਚੇ ਬੈ ਕੇ ਮੀਟਿੰਗ ਹੋਈ ਸੀ ਉਹ ਦੋਨਾਂ ਦੇ ਵਿੱਚੇ ਬੈ ਕੇ ਮੀਟਿੰਗ ਹੋਈ ਸੀ ਹੁਣ ਮੇਰਾ ਇਹ ਕੋਸ਼ਨ ਹੈ ਯੂਨੀਅਨ ਮਿਨਿਸਟਰੀ ਆਫ ਕੋਲ ਮਾਈ यूनियन मिनिस्टरी ऑफ कोल माइनस अरे मिनिस्टर कौन ने फटाफट हाँ जी प्राइवेट मीटिंग हाँ जी यदि कहोंगे बिल्कुल जी बिल्कुल यूनियन मिनिस्टर ऑफ कोल माइनसरे मिनिस्टर कौन ने बहुत ही ईजी नाम है तुम्हें पता है बिल्कुल सही रजिंदर बिल्कुल सही श्री प्रहलाद जोशी कौन सी श्री प्रहलाद जोशी राहुल राठौर गलत है जी सॉरी ठीक है कोल मिनिस्टर की गल करें तो अपने को आजुगा श्री प्रहलाद जोशी ਠੀਕ ਹੈ ਇਹ ਹੋ ਗਿਆ ਤਾਂ ਜਿਹੜੀ ਦੂਜੀ ਮਤਲਬ ਦੂਜੇ ਪਾਸੇ ਜਿਹੜੇ ਪਰਸਨ ਆਏ ਸੀ ਉਹ ਕਿੱਥੋਂ ਆਏ ਸੀ ਉਹ ਰੇਲਵੇ ਦੇ ਆਏ ਸੀਗੇ ਉਹ ਕਿੱਥੋਂ ਆਏ ਸੀ ਰੇਲਵੇ ਦੇ ਆਏ ਸੀ ਤਾਂ ਰੇਲਵੇ ਦਾ ਕਿਹੜਾ ਪਰਸਨ ਆਏ ਸੀ ਚਲੋ ਤੁਸੀਂ ਯੂਨੀਅਨ ਮਿਨਿਸਟਰੀ ਆਫ ਰੇਲਵੇ ਦਾ ਸੋਰੇ ਮਿਨਿਸਟਰ ਕੌਣ ਨੇ ਹ ਚਲੋ ਕਿਸੇ ਬਹਾਨੇ ਤਾਂ ਯਾਦ ਰੱਖਿਆ ਬਿਲਕੁਲ ਜੀ ਬਿਲਕੁਲ ਅਸ਼ਵਨੀ ਠੀਕ ਹੈ ਲੇਕਿਨ ਉਰੇ ਜਿਹੜੇ ਪ੍ਰੈਜ਼ੈਂਟ ਸੀਗੇ ਉਹ ਸਟੇਟ ਦੇ ਪ੍ਰੈਜ਼ੈਂਟ ਸੀਗੇ ਨਾ ਉਦੇ ਅਸ਼ਵਣੀ ਨਹੀਂ ਸੀਗਾ ਤਾਂ ਹੀ ਮੈਂ ਸੋਚਾਂ ਠੀਕ ਹੈ ਐਂਡ ਰੀਲੂਸੇ ਅ ਰੋਸ਼ੇਪ ਸਾਹਿਬ ਪਾਰਟੇ ਦਾਵੇ ਵਿਲ ਬੀ ਅਚਾ ਉਹ ਸਟੇਟ ਮਿਨਿਸਟਰ ਸੀਗੇ ਮਿਨਿਸਟਰ ਆਫ ਸਟੇਟ ਠੀਕ ਹੈ ਮਿਨਿਸਟਰ ਆਫ ਸਟੇਟ ਸੀਗੇ ਚਲੋ ਠੀਕ ਹੈ ਉਹਦੇ ਲਈ ਉਹਦਾ ਨਾਮ ਆਪਣੇ ਲਈ ਨਾ ਇੰਪੋਰਟੈਂਟ ਨਹੀਂ ਠੀਕ ਹੈ ਹੁਣ ਇਹ ਜਿਹੜੀ ਸਾਰੀ ਵੀ ਸਾਰੀ ਕੰਕਲੇਵ ਹੋਈ ਸੀ ਸਾਰੀ ਸਾਰੀ ਮੀਟਿੰਗ ਸੀ ਇਹਦਾ ਕੀ ਮੇਨ ਪਰਪਸ ਸੀ ਆਤਮ ਨਿਰਭਰ ਭਾਰਤ ਬਣਾਉਂਦਾ ਇਹਨਾਂ ਦਾ ਮੇਨ ਪਾਸੇ ਜਿਹਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ ਐਲਜੀ ਕੁਝ ਪੋਲਿਸੀਜ਼ ਕੁਝ ਮਾਈਨਿੰਗ ਕੰਪਨੀਆਂਸ ਹੋਰ ਖੋਲ੍ਹੇ ਜਾਣ ਤਾਂ ਕਿ ਇੰਡੀਆ ਦੇ ਵਿੱਚ ਜਿਹੜੀਆਂ ਮਤਲਬ ਉਹ ਹੈ ਕੋਲ ਹੈ ਉਹ ਇਨਕਰੀਸ ਹੋਵੇ ਤੇ ਆਤਮ ਨਿਰਭਰ ਭਾਰਤ ਜਲਦੀ ਤੋਂ ਜਲਦੀ ਬਣੇ ਓਕੇ ਨੈਕਸਟ ਬਹੁਤ ਇੰਟਰਸਟਿੰਗ న్యూਸ ਹੈ ਬਹੁਤ ਵਧੀਆ న్యూਸ ਹੈ ਫੋਟੋ ਤੇ ਜ਼ਿਆਦਾ ਫੋਕਸ ਨਾ ਕਰਿਓ న్యూਸ ਤੇ ਫੋਕਸ ਕਰਿਓ ਮੈਨੂੰ ਪਤਾ ਹੈ ਫੋਟੋ ਮੈਂ ਬੜੀ ਚੁਣ ਕੇ ਲਾਈ ਹੈ ਠੀਕ ਹੈ ਤਾਂ ਫੋਕਸ న్యూਸ ਤੇ ਫੋਕਸ ਕਰਦੇ ਹਾਂ న్యూਸ ਕੀ ਆਪਣੇ ਕੋਲ 5th ਐਡੀਸ਼ਨ ਹੋ ਮੇਗਾ ਕਾਇਕ ਫੈਸਟੀਵਲ ਕਿਹੜਾ ਮੇਗਾ ਕੈਕ ਫੈਸਟੀਵਲ ਬਿਗਨਸ ਕਿੱਥੇ 2022 ਦਾ 2022 ਦਾ ਸ਼ੁਰੂ ਹੋ ਗਿਆ ਠੀਕ ਹੈ ਹੁਣ ਇਹਦੀ ਗੱਲ ਕਰੀਏ ਠੀਕ ਹੈ ਮੇਰਾ ਸਿੰਪਲ ਜਿਹਾ ਕੁਸ਼ਨ ਹੈ ਤੁਹਾਨੂੰ ਆਈਡੀਆ ਹੋ ਜਾਣਾ ਚਾਹੀਦਾ ਹੈ ਵੀ ਇਹ ਕਿੱਥੇ ਸ਼ੁਰੂ ਹੋਇਆ ਹੈ ਇੰਡੀਆ ਦੇ ਵਿੱਚ ਕਿਹੜੀ ਜਗ੍ਹਾ ਤੇ ਸ਼ੁਰੂ ਹੋਇਆ ਠੀਕ ਹੈ ਬਿਲਕੁਲ ਸਹੀ ਜੋਤੀ ਬਿਲਕੁਲ ਸਹੀ ਕਿੱਥੇ ਹੈ ਮੇਗਾਲਿਆ ਦੇ ਉਹ ਤਾਂ ਤੁਹਾਨੂੰ ਇੱਥੋਂ ਹੀ ਪਤਾ ਚੱਲ ਜਾਣਾ ਚਾਹੀਦਾ ਸੀ ਕਿੱਥੇ ਸ਼ੁਰੂ ਹੋਇਆ ਹੈ ਮੇਗਾਲਿਆ ਵਿੱਚ M E G A L A Y A, -Y -A, -Y -A, -Y -A, -Y -A ਠੀਕ ਹੈ ਮੇਗਾਲਿਆ ਇਹ ਮੇਗਾਲਿਆ ਦੇ ਵਿੱਚ ਸ਼ੁਰੂ ਹੋਇਆ ਠੀਕ ਹੈ ਹੁਣ ਇਹਦੇ ਵਿੱਚ ਜਿਹੜੀ ਚੀਜ਼ ਕਰਵਾਈ ਜਾਊਗੀ ਕੀ ਕਰਵਾਈ ਜਾਊਗੀ ਕਯੋਕਿੰਗ ਕੀ ਕਰਾਇਆ ਜਾਊਗਾ ਕਯੋਕਿੰਗ ਉਹ ਕਯੋਕਿੰਗ ਕੀ ਹੁੰਦਾ ਨਹੀਂ ਕਾਇਕਿੰਗ ਹੁੰਦਾ ਕੀ ਹੁੰਦਾ ਕਾਇਕਿੰਗ ਹੁੰਦਾ ਠੀਕ ਹੈ ਜਿਹੜਾ ਇਸ ਤਰੀਕੇ ਨਾਲ ਮਤਲਬ ਆ ਜਾਂਦੇ ਨੇ ਨਾ ਤਾਂ ਇਹਨੂੰ ਕਾਇਕਿੰਗ ਕਹਿੰਦੇ ਆ ਠੀਕ ਹੈ ਕੱਲ ਵੀ ਕੀਤਾ ਸੀ ਨਾ ਕੱਲ ਤਿੰਨ ਐਕਸਰਸਾਈਜ਼ਾਂ ਕੀਤੇ ਸੀ ਜਿੱਥੇ ਕਾਇਕਿੰਗ ਸੀਗਾ ਕਨੂਇੰਗ ਸੀਗਾ ਤੇ ਇੱਕ ਹੋਰ ਸੀਗੀ ਹਾਂ ਤੁਹਾਨੂੰ ਕਿਹਾ ਸੀਗਾ ਤੁਹਾਨੂੰ ਕੱਲ ਕੁਸ਼ਨ ਵੀ ਕਰਾਇਆ ਸੀ ਉਹ ਰਿਲੇਟਡ ਤੁਸੀਂ ਕਮੈਂਟ ਵੀ ਨਹੀਂ ਕੀਤਾ ਪਤਾ ਨਹੀਂ ਮੈਂ ਦੇਖਿਆ ਨਹੀਂ ਮੈਂ ਦੇਖ ਲੂੰਗਾ ਠੀਕ ਹੈ 3 ਐਕਸਰਸਾਈਜ਼ ਕੱਲ ਵੀ ਕਿਤੇ ਸੀ ਨਾ ਵਾਟਰ ਰਿਲੇਟਡ ਠੀਕ ਹੈ ਉਹ ਕਿੜੀਆਂ ਕਿੜੀਆਂ ਸੀ ਬਿਲਕੁਲ ਜੀ ਬਿਲਕੁਲ ਠੀਕ ਹੈ ਔਰ ਇਹ ਵਿੱਚ ਕਾਇਕਿੰਗ ਦੀ ਗੱਲ ਕਰੀ ਤਾਂ ਕਾਇਕਿੰਗ ਇਸ ਨੂੰ ਕਹਿੰਦੇ ਆ ਤਾਂ ਇਹ ਕਿੱਥੇ ਸ਼ੁਰੂ ਹੁੰਦੀ ਹੈ ਮਿਘਾਲਿਆ ਦੇ ਵਿੱਚ ਸ਼ੁਰੂ ਹੁੰਦੀ ਹੈ ਉਹ ਨੇੜੇ ਲਈ ਖਾਸियत ਕੀ ਹੈ ਬਹੁਤ ਜ਼ਿਆਦੀ ਖਾਸ ਤੇ ਹੈ ਕਿਉਂ ਕਿ 올 ਓਵਰ ਕੰਟਰੀਜ਼ ਦੇ ਵਿੱਚੋਂ 올 ਓਵਰ ਵਰਲਡ ਦੇ ਵਿੱਚੋਂ ਆਲਮੋਸਟ 20 ਕੰਟਰੀਜ਼ ਦੇ ਵਿੱਚ ਪਾਰਟਿਸਪੇਟ ਕਰਨਗੀਆਂ ਕਿੰਨੀ ਕੰਟਰੀਜ਼ ਪਾਰਟਿਸਿਪੇਟ ਕਰਨਗੇ 20 ਕੰਟਰੀਜ਼ ਤੇ 100 ਤੋਂ ਜ਼ਿਆਦਾ ਲੋਕ ਆਣਗੇ ਕਿੰਨੇ ਲੋਕ ਆਣਗੇ 100 ਤੋਂ ਜ਼ਿਆਦਾ ਲੋਕਾਂਗੇ ਮੈਕਸਿਮਮ ਉਹ ਲੋਕ ਆਣਗੇ ਜਿਨ੍ਹਾਂ ਨੇ ਪਾਣੀ ਦੀ ਐਕਟੀਵਿਟੀਆਂ ਦੇ ਨਾਲ ਕਾਫੀ ਜ਼ਿਆਦਾ ਰਿਲੇਟ ਕਰਦੇ ਹਨ ਤੇ ਕਾਫੀ ਜ਼ਿਆਦਾ ਕਰਦੇ ਨੇ ਤਾਂ ਇਹ ਰਿਲੇਟਡ ਇਹ ਰਿਲੇਟਡ ਕਿਉਂ ਹੈ ਮਤਲਬ ਕੁਝ ਕੰਟਰੀਜ਼ ਨੇ ਜਿਨ੍ਹਾਂ ਨੇ ਮਤਲਬ ਵਾਟਰ ਐਕਟੀਵਿਟੀਆਂ ਕਾਫੀ ਜ਼ਿਆਦਾ ਕਰਦੇ ਹਨ ਤਾਂ ਉਹਨਾਂ ਨੇ ਮਤਲਬ ਕਾਫੀ ਜ਼ਿਆਦਾ ਐਪਰੀਸ਼ੀਏਟ ਕੀਤਾ ਹੈ ਪਹਿਲਾਂ ਵੀ ਤੇ ਹੁਣ ਵੀ ਕਾਫੀ ਜ਼ਿਆਦਾ ਅਪਡੇਟਸ ਐਪਰੀਸ਼ੀਏਟ ਕੀਤਾ ਤਾਂ ਉਹ ਕੰਟਰੀਜ਼ ਕਿਹੜੇ ਕਹਿੰਨਾ ਔਰ ਇਥੇ ਨਿਊਜ਼ੀਲੈਂਡ ਆ ਨੇਟਾ ਵੀ ਆਂਦੀ ਹੈ ਇਹ ਸਾਰੇ ਕੰਟਰੀਸਾਂ ਜਿਨ੍ਹਾਂ ਨੇ ਕਾਫੀ ਜਰਾ ਅਪਰੀਸ਼ੀਏਟ ਕੀਤਾ ਮੇਘਾਲਿਆ ਨੂੰ ਕਿ ਉਹ ਇਹ ਐਕਸਰਸਾਈਜ਼ ਕੰਡਕਟ ਕਰਵਾ ਰਿਹਾ ਉਸ ਤੋਂ ਸਿਵਾ ਮੇਘਾਲਿਆ ਦਾ ਜਿਹੜਾ ਮੇਨ ਪਰਪਸ ਹੈ ਇਸ ਐਕਸਰਸਾਈਜ਼ ਨੂੰ ਕੰਡਕਟ ਕਰਾਉਣਾ ਦਾ ਉਹ ਕੀ ਹੈ ਕਿ ਟੂਰਿਜ਼ਮ ਨੂੰ ਵੀ ਸਪੋਰਟ ਮਿਲੇ ਕੀ ਹੋਵੇ ਟੂਰਿਜ਼ਮ ਨੂੰ ਵੀ ਸਪੋਰਟ ਮਿਲੇ ਲੋਕਾਂ ਨੂੰ ਪਤਾ ਚੱਲੇ ਕਿ ਬਾਹਰਲੇ ਦੇਸ਼ ਤੋਂ ਲੋਕ ਜਰੋ ਮੇਘਾਲਿਆ ਆਣਗੇ ਤਾਂ ਮੇਘਾਲਿਆ ਦੀ ਜਿਹੜੀ ਬਿਊਟੀ ਦੇਖਣਗੇ ਮੇਘਾਲਿਆ ਜਿਹੜਾ ਮਰਬਰਾਇਜ਼ਿੰਗ ਸਕੇਨਰੀ ਦੇਖਣਗੇ ਔਰ ਇਹਨਾਂ ਨਾਲ ਕਾਫੀ ਜAVE ਪ੍ਰਭਾਵਿਤ ਹੋਣਗੇ ਔਰ ਇਹਨਾਂ ਨਾਲ ਕਾਫੀ ਜAVE ਪ੍ਰਭਾਵਿਤ ਹੋਣਗੇ ਠੀ

हां 에ਰੇ ਵਿੱਚ ਬੈਸਟ ਨੌਨ ਐਥਲੀਟ ਆਣਗੇ ਠੀਕ ਹੈ 에ਰੇ ਵਿੱਚ ਸਾਰਿਆਂ ਲਈ ਐਕਸਰਸ ਆਉਣਗੀਆਂ ਅਗਰ ਕੋਈ ਬਿਗਨਰ ਹੈ ਉਹ ਵੀ ਐਕਸਰਸ ਕਰੂਗਾ ਅਗਰ ਕੋਈ ਇੰਟਰਮੀਡੀਏਟ ਹੈ ਉਹ ਵੀ ਐਕਸਰਸ ਕਰੂਗਾ ਅਗਰ ਕੋਈ ਟੌਪ ਦਾ ਬੈਸਟ ਐਥਲੀਟ ਹੈ ਉਹਨਾਂ ਲਈ ਵੀ ਮਤਲਬ ਪ੍ਰੋਪਰ 에ਰੇ ਵਿੱਚ ਟਾਸਕ ਹੋਣਗੀਆਂ ਜਾਂ ਗੇਮਸ ਹੋਣਗੀਆਂ ਠੀਕ ਹੈ ਸਾਰੇ ਲਈ ਲੱਗਦਾ ਤਾਂ ਉਹ ਗੇਮਸ ਦੇ ਵਿੱਚ ਕਿਦੇ ਕਿਦੇ ਕਿਸ ਕਿਸ ਟਾਈਪ ਦੇ ਆਉਣਗੇ ਡਾਊਨ ਵਾਟਰ ਟਾਈਮ ਟ੍ਰੈਲ ਆਜੂਗੀ ਠੀਕ ਹੈ ਐਕਸਟ੍ਰੀਮ ਸਲੋਮੋਨ ਆਜੂਗਾ ਠੀਕ ਹੈ ਤੇ ਡਾਊਨ ਰਿਵਰ ਫ੍ਰੀ ਸਟਾਈਲ ਆਦਿ ਇਹ ਸਾਰੇ ਆਣਗੇ ਤੇ ਇਹਨੂੰ ਸਾਰੇ ਹੀ ਚੀਜ਼ ਕਰ ਸਕਦੇ ਹੈ ਬਿਗਨਰ ਵੀ ਜਿਹੜੇ ਟੌਪ ਦੇ ਐਥਲੀਟ ਆ ਉਹ ਵੀ ਇਹਨੂੰ ਅਟੈਂਪਟ ਕਰ ਸਕਦੇ ਆ ਠੀਕ ਹੈ ਆ ਤੁਹਾਨੂੰ ਦੱਸਤਾ ਸੀਗਾ ਇਹ ਸਾਰੀ ਕੰਟਰੀਜ਼ ਨੇ ਕਾਫੀ ਜਰਾ ਮਤਲਬ ਰਿਸਪੌਂਸ ਦਿੱਤਾ ਤੇ ਦੱਸਿਆ ਵੀ ਅਸੀਂ ਇਸ ਐਡਵੈਂਚਰ ਸਪੋਰਟਲੀ ਆਵਾਂਗੇ ਠੀਕ ਹੈ ਹਾਂ ਅਗਰ ਮੇਘਾਲਾ ਦੇ ਸੀਐਮ ਮੇਘਾਲਾ ਦੇ ਸੀਐਮ ਕੌਣ ਨੇ ਫਟਾਫਟ ਫਟਾਫਟ ਮੇਘਾਲਾ ਦੇ ਸੀਐਮ ਕੌਣ ਨੇ ਈਜ਼ੀ ਨਾਮ ਆ ਕਾਫੀ ਅ ਕੌਨਰਾਡ ਬਿਲਕੁਲ ਹੀ ਬਿਲਕੁਲ ਸੀ ਤਾਂ ਸ਼ੁਰੂ ਹੋਊਗਾ ਠੀਕ ਹੈ ਕੌਨਰਾਡ ਸੰਗਮ ਠੀਕ ਹੈ ਸੰਗ ਸੰਗਮ ਸੰਗਮ ਹਾਂ ਕੋਨਰਾਡ ਸੰਗਮ ਠੀਕ ਹੈ ਸੀ ਤੋਂ ਸੀ ਤੋਂ ਸਟਾਰਟ ਹੋਊਗਾ ਜੀ ਸੀਓ ਐਨ ਆਰ ਏ ਡੀ ਠੀਕ ਹੈ ਐਸ ਏ ਐਨ ਜੀ ਐਮ ਏ ਠੀਕ ਹੈ ਉਹਨਾਂ ਨੇ ਜੋ ਚੀਜ਼ ਕਹੀ ਹੈ ਕੀ ਚੀਜ਼ ਕਹੀ ਹੈ ਵੀ ਸ਼ੋ ਕੈਸੀ ਮੇਗਾਲਿਆਸ ਸ਼ੋ ਕੈਸੀ ਮੇਰਬਾਜੀ ਬੰਗਾਲਾ ਤੂੰ ਵਰਲਡ ਤਾਂ ਕਿ ਵਰਲਡ ਨੂੰ ਦਿਖਾ ਸਕਣ ਮੇਗਲਿਆ ਬਹੁਤ ਵਧੀਆ ਚੀਜ਼ ਹੈ ਠੀਕ ਹੈ ਲੀਡਿੰਗ ਵਾਈਟ ਵਾਟਰ ਸਪੋਰਟ ਡੈਸਟੀਨੇਸ਼ਨ ਹੁਣ ਵਾਈਟ ਵਾਟਰ ਸਪੋਰਟ ਡੈਸਟੀਨੇਸ਼ਨ ਦਾ ਕੀ ਮਤਲਬ ਬਣਿਆ व्हाइट वाटर स्पोर्ट डेस्टिनेशन ਦਾ ਕੀ ਮਤਲਬ ਹੈ? ਵਾਈਟ ਵਾਟਰ। ਵਾਈਟ ਵਾਟਰ। ਵਾਈਟ ਵਾਟਰ। ਕਿ ਪਾਣੀ ਉੱਥੇ ਸਾਫ਼ ਹੈ। ਕਿ ਪਾਣੀ ਉੱਥੇ ਸਾਫ਼ ਹੈ। ਠੀਕ ਹੈ। ਉਹ ਵਾਈਟ এলিਫੈਂਟ ਹੁੰਦਾ। ਓਕੇ। ਖਤਮ ਹੋ ਗਿਆ। ਉਹ ਵਾਈਟ এলিਫੈਂਟ ਹੁੰਦਾ। ਠੀਕ ਹੈ ਵਾਈਟ এলিਫੈਂਟ ਦਾ ਮਤਲਬ ਰੀਅਰ ਚੀਜ਼ ਨੂੰ ਕਿਹਾ ਜਾਂਦਾ ਹੈ। ਠੀਕ ਹੈ ਕੋਈ ਵੀ ਬਹੁਤ ਹੀ ਜ਼ਿਆਦਾ ਰੀਅਰ ਚੀਜ਼ ਹੋਊਗੀ ਨਾ ਤਾਂ ਉਹ ਨੂੰ ਅਗਰ Idiom ਦੇ ਈਡੀਅਮ ਦੇ ਪੱਖ ਤੋਂ ਤੁਸੀਂ ਬੋਲਣਾਵੇ ਤਾਂ ਕੀ ਬੋਲੋਗੇ ਵਾਈਟ এলিਫੈਂਟ ਇਨ ਅ ਰੂਮ ਠੀਕ ਹੈ ਵੀ ਰੂਮ ਦੇ ਵਿੱਚ ਕੋਈ ਉਹ ਬੰਸਲਾ ਹੈ ਜਿਹੜਾ ਕਦੇ ਮਤਲਬ ਦਿਖਦਾ ਹੀ ਨਹੀਂ ਹੈਗਾ ਠੀਕ ਹੈ ਸਿਮੀ ਵੀ ਸ਼ੁਰੂ ਹੋ ਗਈ ਹਾਂਜੀ ਦੈਟਸ ਆਲ ਫॉर ਟੂਡੇ ਠੀਕ ਹੈ ਆ ਕੇ ਹੁਣ ਦੱਸੋ ਤੁਸੀਂ ਕਮੈਂਟ ਦੇ ਵਿੱਚ ਕੀ ਕਹਿ ਰਹੇ ਸੀ ਜਾਇ ਜਾਇ ਕੁਝ ਤੁਸੀਂ ਬੋਲੇ ਆ ਠੀਕ ਹੈ ਸਹੀ ਸਹੀ ਗੱਲਾਂ ਬੋਲੀਆਂ ਕਿ ਬੁਰੇ ਬੁਰੇ ਗੱਲਾਂ ਬੋਲਨੀ ਹੈ ਠੀਕ ਹੈ ਉਹ ਦੱਸ ਦਿਆ ਕਰੋ ਮੈਨੂੰ ਜਿੰਨਾ ਮਰਜੀ ਦਿਖਾਏ ਜਾਓ ਪੰਜਾਬ ਦੀ ਕੋਈ ਰੀਸ ਨਹੀਂ ਹਾਂ ਦਿਖ ਰਹੀਆ ਮੈਨੂੰ ਕੈਜੀ ਦੀ ਰੀਸ ਹੈ ਹੁਣ ਤੂੰ ਆਪਦੇ ਮੁੱਲੇ ਚ ਹੀ ਚੱਲ ਜਾ ਆਪਦੇ ਤੂੰ ਪਿੰਡ ਦੇ ਵਿੱਚ ਰਹਿਣਾ ਜਿੱਥੇ ਵੀ ਰਹਿਣਾ ਠੀਕ ਹੈ ਤੂੰ ਆਪਦੇ ਮੁੱਲੇ ਲਈ ਆਪਦੇ ਪਿੰਡ ਲਈ ਕੀ ਕੀਤਾ ਗਿਆ ਠੀਕ ਹੈ ਉੱਥੇ ਇੱਕ ਤਲਾਬ ਬਣਿਆ ਹੋਊਗਾ ਤਲਾਬ ਜਿਹੜਾ ਬੜਾ ਗੰਦਾ ਪਿਆ ਜਿਹਦੇ ਵਿੱਚ ਕਾਈ ਜੱਭੀ ਹੋਈ ਹੈ ਤੂੰ ਕੀ ਕੀਤਾ ਉਹਦੇ ਲਈ ਪਾਣੀ ਉੱਥੇ ਦਾ ਸਾਫ਼ ਹੈ ਨਹੀਂ ਸਾਫ਼ ਹੈ ਉੱਥੇ ਦੇ ਲੋਕ ਕਿ ਮੱਛੀਆਂ ਫੜ ਫੜ ਖਾਈ ਜਾਂਦੇ ਕਿ ਉੱਥੇ ਸਹੀ ਆ ਸੂਟੇਬਲ ਹੈ ਖਾਣ ਵਾਲੀਆਂ ਠੀਕ ਹੈ ਉਹਦੇ ਵਿੱਚ ਮਤਲਬ ਮੱਜਾ ਲਵਾਈ ਜਾਂਦੇ ਆ ਉਹਦੇ ਵਿੱਚ ਆਪ ਨਾਈ ਜਾਂਦਾ ਕਿ ਉਹ ਸਹੀ ਹੈ ਆਪਣੇ ਦੇਸ਼ ਲਈ ਆਪ ਕਰੋ ਮਲੇ ਤੋਂ ਸਟਾਰਟ ਕਰੋ ਜਾਂ ਪਿੰਡ ਤੋਂ ਸਟਾਰਟ ਕਰੋ ਠੀਕ ਹੈ ਕੀ ਦਿਖਾਣਾ ਚਾਹੁੰਦੇ ਹੋ ਵੀ ਆਹ ਹੈ ਸਾਡੇ ਪਿੰਡ ਦੇ ਵਿੱਚ ਆਹ ਹੈ ਸਾਡੇ ਪਿੰਡ ਦੇ ਵਿੱਚ ਇਹ ਦਿਖਾਣਾ ਚਾਹੁੰਦੇ ਹੋ ਠੀਕ ਹੈ ਸਰਕਾਰ ਨੂੰ ਕੁਐਸਚਨ ਤੋਂ ਪਹਿਲਾਂ ਪਹਿਲਾਂ ਆਪ ਦੇਖੋ ਆਪ ਤੁਸੀਂ ਕੋਈ ਐਫਰਟ ਕਰ ਰਹੇ ਹੋ ਕਿ ਨਹੀਂ ਕਰ ਰਹੇ ਠੀਕ ਹੈ ਹਾਂਜੀ ਪੀਡੀਐਫ ਤੁਹਾਡੀ ਪਹੁੰਚ ਜਾਊਗੀ ਠੀਕ ਹੈ ਅ ਰਾਹੁਲ ਲਠੌਰ ਟੈਲੀਗ੍ਰਾਮ ਦਾ ਜਿਹੜਾ ਸਕਸੈਸ ਟੂ ਪੰਜਾਬ ਦਾ ਚੈਨਲ ਉਹਦੇ ਵਿੱਚ ਇਹਦੀ ਪੀਡੀਐਫ ਤੁਹਾਨੂੰ ਪਹੁੰਚ ਜੂਗੀ ਠੀਕ ਹੈ ਜੀ ਅ ਹਾਂਜੀ ਹਾਂ ਦੈਟਸ ਆਲਸ ਕੁੜੀ ਵਿਚਾਰੀ ਕੱਲੀ ਜਾ ਰਹੀ ਐ ਰਜਿੰਦਰ ਬੜੀ ਫਿਕਰ ਹੋ ਰਹੀ ਐ ਤੈਨੂੰ ਹੈ ਸਪੈਸ਼ਲੀ ਪਟਿਆਲਾ ਦੀ ਅੱਛਾ ਜੀ ਜੀ ਠੀਕ ਹੈ ਜੀ ਹਾਂਜੀ ਜਰੂਰ ਸੋਨੀ ਜੀ ਯੈਸ ਸਰ ਸਾਡੇ ਇਲਾਕੇ ਵਾਲੇ ਰਹੋ ਕੇ ਠੀਕ ਹੈ ਹਾਂਜੀ ਹਾਂ ਜਰੂਰ ਜੀ ਗੁੱਡ ਮਾਰਨਿੰਗ ਸਿੱਧੂ ਮੂਸੇ ਵਾਲੇ ਦੇ ਵੱਲੋਂ ਗੁੱਡ ਮਾਰਨਿੰਗ ਆ ਰਹੀ ਹੈ ਉਹ ਦੇਖੋ ਠੀਕ ਹੈ ਸਰ ਅੱਜ ਸਿਰਫ ਕਰੰਟ ਹੇਅਰ ਹੀ ਲੱਗਣਗੇ ਬਸ ਹੈ ਹੋਰ ਕੀ ਕਰਨਾ ਚਾਹਨਾ ਤੂੰ ਸਰ ਤੇ ਟੁੱਲ ਲਾਤਾ ਰਹਿੰਦਾ ਸਰ ਐਸਆਈ ਦੇ ਪੇਪਰ ਦੀ ਕਰੰਟ ਅਫੇਅਰ ਬਹੁਤ ਸੀ ਹਾਂਜੀ ਰਾਹੁਲ ਸੁਣਨ ਨੂੰ ਕਾਫੀ ਕੁਝ ਆਇਆ ਠੀਕ ਹੈ ਜਿਹਦੇ ਕਰਕੇ ਮਤਲਬ ਕੁਝ ਇਨੀਸ਼ੀਏਟਿਵ ਲਿਤਾ ਗਿਆ ਸੀ ਅ ਪਿਛਲੇ ਹਫਤੇ ਉਹ ਜਿਹੜਾ ਆਪਾਂ ਸੀਰੀਜ਼ ਸਟਾਰਟ ਕੀਤੀ ਸੀ ਟੌਪਿਕ ਵਾਈਜ਼ ਠੀਕ ਹੈ ਮੇਨ ਮੋਟਿਵ ਉਹਦਾ ਉਹੀ ਸੀਗਾ ਵੀ ਮੈਕਸਿਮਮ ਕਰੰਟ ਅਫੇਅਰ ਕਵਰ ਕੀਤਾ ਜਾਵੇ ਪਿਛਲੇ 6 ਮਹੀਨੇ 6-7 8 ਮਹੀਨਿਆਂ ਦਾ ਠੀਕ ਹੈ ਮਾਈਟ ਸੇ ਨਾਮ ਸਿੱਧੂ ਵਿਲੇਜ ਮੂਸੇਵਾਲਾ ਠੀਕ ਹੈ ਓਕੇ ਜੀ ਠੀਕ ਹੈ ਆਪਣਾ ਨਾਮ ਤਾਂ ਦੱਸੋ ਨਾ ਠੀਕ ਹੈ ਕਿਸਲੇ ਹੋਰ ਦੇ ਨਾਮ ਤੋਂ ਮਤਲਬ ਐਦਾਂ ਕਿਉਂਕਿ ਉਸ ਨਾਮ ਨਾਲ ਉਹ ਪਰਸਨ ਜਾਣਿਆ ਜਾਂਦਾ ਠੀਕ ਹੈ ਤਾਂ ਉਸ ਨਾਮ ਨਾਲ ਸਾਹਮਣੇ ਆਣਾ ਤਾਂ ਉਹ ਪਰਸਨ ਦੀ ਆਪ ਡਿਸਰੈਸਪੈਕਟ ਕਰ ਰਹੇ ਕਿਉਂਕਿ ਮੇਬੀ ਤੁਹਾਡੇ ਵੱਲੋਂ ਕੁਝ ਐਜੀ ਚੀਜ਼ ਬੋਲੀ ਜਾਵੇ ਮੇਬੀ ਕੁਝ ਐਜਾ ਹੋ ਜੇ ਉਹ ਗਲਤ ਹੋ ਜਾਊਗਾ ਉਹਦੇ ਲਈ ਵੀ ਉਹਨਾਂ ਦੇ ਘਰਦਿਆਂ ਲਈ ਵੀ ਠੀਕ ਹੈ ਤੇ ਪੂਰੇ ਆਪਣੇ ਪੰਜਾਬ ਦੇ ਵੀ ਆਲਰੇਡੀ ਤੁਹਾਨੂੰ ਪਤਾ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਕੁਝ ਹੋਇਆ ਉਹ ਕਹਿੰਦਾ ਚਲੋ ਐਨੀਵਰ ਥੈਂਕ ਯੂ ਸਰ ਤੁਸੀਂ ਬਹੁਤ ਸੀਓਆਰ ਵਿਕਰਮ ਮੈਨੂੰ ਨਹੀਂ ਪਤਾ अच्छा ਤੁਸੀਂ ਬਹੁਤ ਕਾਰਪੋਰੇਟ ਕਰਦੇ ਹੋ اچھا ਠੀਕ ਹੈ ਜੀ ਮੈਂ ਕਿਹਾ ਅੱਧੀਆਂ ਗੱਲਾਂ ਥੋੜੀਆਂ ਓਕੇ ਜੀ ਓਕੇ ਠੀਕ ਹੈ ਜੀ ਟੇਕ ਕੇਅਰ ਬਾਏ ਬਾਏ ਸੀ ਯੂ ਦੀਵਾਲੀ ਆ ਰਹੀ ਹੈ ਸਫਾਈਆਂ ਦੀ ਘਰ ਦੀਆਂ ਲੱਗੇ ਰੋ ਠੀਕ ਹੈ ਜਿੱਥੇ ਘਰ ਦੀ ਸਫਾਈ ਕਰ ਰਹੇ ਹੋ ਤਾਂ ਮੱਲੇ ਦੀਆਂ ਵੀ ਦੇਖ ਲਓ ਆਲ ਓਵਰ ਸੜਕਾਂ ਵੀ ਦੇਖ ਲਓ ਠੀਕ ਹੈ ਪਿੰਡ ਵੀ ਦੇਖ ਲਓ ਆਪਣਾ ਵੀ ਉਹਨੂੰ ਵੀ ਕੁਝ ਸਹਾਰ ਸਕੀਏ ਠੀਕ ਹੈ ਆਪਣੇ ਘਰੇ ਵੀ ਦੀਵੇ ਲਾਣੇ ਆ ਉਹ ਤਾਂ ਜ਼ਰੂਰੀ ਹੈ ਲੇਕਿਨ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਾਂ ਮੱਲੇ ਦੇ ਵਿੱਚ ਐਜੀ ਕੋਈ ਜਗ੍ਹਾ ਹੈ ਜਿੱਥੇ ਤੁਹਾਨੂੰ ਪਤਾ ਕੋਈ ਦੀਵਾ ਨਹੀਂ ਲਾਊਗਾ ਕਿਉਂਕਿ ਅਸਤਮੀ ਹੁੰਦੀ ਹੈ ਠੀਕ ਹੈ ਮਤਲਬ ਅ ਨੇਰਤ ਕੈਰ ਹੁੰਦਾ ਉਸ ਦਿਨ ਜ਼ਿਆਦਾ ਹੁੰਦਾ ਜਿਹਦੇ ਕਰਕੇ ਦੀਵੇ ਲਾਇ ਜਾਂਦੇ ਤਾਂ ਉਹ ਦੀਵੇ ਵੀ ਉੱਥੇ ਲਾਇਓ ਠੀਕ ਹੈ ਘਰੇ ਨਹੀਂ ਲਾਇਓ ਘਰੇ ਤਾਂ ਲਾਣੇ ਆ ਗੁਰਦੁਆਰੇ ਲਾਣੇ ਆ ਮਸਜਿਦ ਲਾਣੇ ਆ ਮੰਦਿਰ ਲਾਣੇ ਆ ਠੀਕ ਹੈ ਜਾਂ ਪੀਰ ਵਾਬਦੇ ਲਾਣੇ ਆ ਜਾਂ ਗੁੱਗਾ ਖੇੜੀ ਦੇ ਲਾਣੇ ਆ ਉੱਥੇ ਲਾਣੇ ਲਾਣੇ ਉਸ ਤੋਂ ਸਿਵਾ ਐ ਜੀ ਜਗ੍ਹਾ ਤੇ ਜਿੱਥੇ ਕੋਈ ਨਹੀਂ ਲਾ ਰਿਹਾ ਉੱਥੇ ਵੀ ਲਾਣੇ ਓਕੇ ਜੀ ਟੇਕ ਕੇਅਰ ਬਾਏ ਬਾਏ ਸੀਮੈਂ ਜੈਨ ਖੁਸ਼ ਰਹੋ